ਵਾਹਿਗੁਰ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਧਰੋ ਧਰਾ ਪਰ ਪੁੰਨ ਪੁੰਨ ਸੀਸਾ ਜੀ ਪੁੰਨ ਪੁੰਨ ਸੀਸਾ ਬੰਦਾ ਬਾਰ ਬਾਰ ਜਗਦੀਸਾ ਸਤਿਗੁਰ ਤੇ ਪ੍ਰਸਾਦ ਸਜੋਏ ਵਾਹਿਗੁਰੂ ਜੀ ਕੀ ਫਤਿਹ ਹੈ ਬੇਗਨ ਬਿਨਾਸਨ ਸੋਏ ਵਾਹਿਗੁਰੂ ਜੀ ਕੀ ਫਤਿਹ ਹੈ ਬੇਗਨ ਬਿਨਾਸਨ ਸੋਏ ਦੋਹਰਾ ਮਾਰਗ ਆਏ ਉਲੰਘ ਕੈ ਮੱਖਣ ਸ਼ਾਹ ਬਿਸਾਲ ਦੇਸ਼ ਬਿਖੈ ਸੁਨ ਬੋ ਕਰਿਓ ਜਿਸ ਪ੍ਰਕਾਰ ਗੁਰ ਚਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗ ਅਟਲ ਸਤਿਗੁਰ ਬਾਣੀ ਪੁਰਖ ਪੁਰਖੋਤਮ ਬਾਣੀ ਸਿਉ ਚਿਤ ਲਾਵੈ ਗੋ ਗੁਰਬਾਣੀ ਸੁਨਤ ਮੇਰਾ ਮਨ ਦਰਵਿਆ ਮਨ ਭੀਨਾ ਨਿਜ ਕਰਿਆ ਵੈਗੁਰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ 'ਚ ਸੰਧਿਆ ਵੇਲੇ ਦੇ ਸਜੇ ਹੋਏ ਦੀਵਾਨਾਂ 'ਚ ਹਾਜ਼ਰੀਆਂ ਭਰ ਰਹੀ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਜਿਨ ਕੇ ਭਾਗ ਬੜੇ ਹੈ ਭਾਈ ਤਿੰਨ ਸਾਧੂ ਸੰਗ ਮੁਖ ਜੁਰੇ ਨਿਤਾ ਪ੍ਰਤੀ ਗੁਰੂ ਚਰਨਾਂ ਚ ਹਾਜ਼ਰੀਆਂ ਭਰ ਕੇ ਸਤਿਗੁਰੂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੀ ਜੀਵਨ ਕਥਾ ਬਹੁਤ ਹੀ ਅਦਬ ਸਤਿਕਾਰ ਤੇ ਸ਼ਰਧਾ ਸਹਿਤ ਆਪ ਜੀ ਸਰਵਣ ਕਰ ਰਹੇ ਸਤਿਗੁਰੂ ਗਰੀਬ ਨਿਵਾਜ ਨੌਵੇਂ ਪਾਤਸ਼ਾਹ ਜੀ ਮਹਾਰਾਜ ਮੱਖਣ ਸ਼ਾਹ ਲੁਬਾਣੇ ਦੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਬਰੇਤੀ ਵਿੱਚ ਧਸੇ ਹੋਏ ਇਸ ਦੇ ਜਹਾਜ਼ ਨੂੰ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਬੰਨੇ ਲਾਇਆ ਹੈ। ਮੱਖਣ ਸ਼ਾਹ ਦੇ ਮਨ ਵਿੱਚ ਗੁਰੂ ਸਾਹਿਬ ਦੇ ਚਰਨਾਂ 'ਤੇ ਅਥਾਹ ਭਰੋਸਾ ਹੈ। ਸੰਕਲਪ ਕੀਤਾ ਹੈ ਕਿ ਜਿਤਨਾ ਇਹ ਵਪਾਰ ਦਾ ਸਮਾਨ ਹੈ ਇਸ ਨੂੰ ਵੇਚ ਕੇ ਜਿਤਨੀ ਮਾਇਆ ਬਣੇਗੀ ਉਹਦੇ 'ਚੋਂ ਇੱਕ ਹਿੱਸਾ ਸਤਿਗੁਰਾਂ ਦੇ ਚਰਨਾਂ 'ਚ ਅਰਪਣ ਕਰਾਂਗਾ। ਵਪਾਰ ਕੀਤਾ, ਸੌਦਾ ਵੇਚਿਆ, ਮਹਾਰਾਜ ਜੀ ਦੀ ਕਲਾ ਵਰਤੀ, ਵਧੀਆ ਸੌਦਾ ਜਿਹੜਾ ਸੀ ਉਹਦੇ ਵਿੱਚੋਂ ਵਧੀਆ ਮੁਨਾਫਾ ਹਾਸਲ ਹੋਇਆ। ਨੌਕਰ ਚਾਕਰ ਰੱਖ ਲਏ, 500 ਤਕਰੀਬਨ ਕਾਮੇ ਕਰਿੰਦੇ ਨਾਲ ਲੈ ਕੇ, ਪਰਿਵਾਰ ਨਾਲ ਲੈ ਕੇ ਨੌਵੇਂ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਵਾਸਤੇ ਇਹ ਚੱਲਿਆ। ਚੱਲਦਾ ਚੱਲਦਾ ਰਸਤੇ ਦਾ ਪੈਂਡਾ ਪੰਧ ਮੁਕਾਉਂਦਾ ਮਦਰ ਦੇਸ਼ ਯਾਨੀ ਕਿ ਪੰਜਾਬ ਦੇ ਨੇੜੇ ਪਹੁੰਚਿਆ। ਇੱਧਰੋਂ ਦਿੱਲੀ ਵਾਲੇ ਪਾਸਿਓਂ ਉਸ ਰਸਤਿਓਂ ਚੱਲਦਾ ਆ ਰਿਹਾ ਸੀ, ਜੇਹਲਮ ਤੋਂ ਇਹ ਚੱਲਿਆ। ਤੋ ਮਹਾਰਾਜ ਜੀ ਦੇ ਚਰਨਾਂ ਵਿੱਚ ਜਿਵੇਂ ਭਾਈ ਮੱਖਣ ਸ਼ਾਹ ਹਾਜ਼ਰ ਹੋ ਰਿਹਾ, ਆਓ ਮਨ ਔਰ ਬਿਰਤੀਆਂ ਨੌਵੇਂ ਪਾਤਸ਼ਾਹ ਦੇ ਪਵਿੱਤਰ ਚਰਨਾਂ ਨਾਲ ਜੋੜੀਏ ਔਰ ਇਕਾਗਰਤਾ ਬਣਾਈਏ। ਸਮੂਹ ਮਾਈ ਭਾਈ ਆਪਣੇ ਰਸਨਾ ਨੂੰ ਪਵਿੱਤਰ ਕਰੋ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਮਾਰਗ ਆਏ ਉਲੰਘ ਕੈ ਮੱਖਣ ਸ਼ਾਹ ਵਿਸਾਲੇ ਮੱਖਣ ਸ਼ਾਹ ਆਪਣੇ ਪਰਿਵਾਰ ਸਮੇਤ ਨੌਕਰਾਂ ਅਹਿਲਕਾਰਾਂ ਸਮੇਤ ਸਾਜੋ ਸਮਾਨ ਸਮੇਤ ਲੰਮਾ ਪੈਂਡਾ ਤੈਅ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਨਗਰ ਦੇ ਨੇੜੇ ਪਹੁੰਚਿਆ ਹੈ। ਦੇਸ਼ ਬਿਖੈ ਸੁਨ ਬੋ ਕਰੋ ਜਿਸ ਪ੍ਰਕਾਰ ਗੁਰ ਚਾਲੇ। ਮੱਖਣ ਸ਼ਾਹ ਜਦੋਂ ਪੰਜਾਬ ਆਇਆ, ਪੰਜਾਬ ਆ ਕੇ ਇਹਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਘਰ ਬਾਰੇ ਸੁਣਿਆ ਕਿ ਸਤਿਗੁਰੂ ਜੀ ਦੇ ਘਰ ਵਿੱਚ ਇਸ ਵਕਤ ਕੀ ਵਰਤਾਰਾ ਵਰਤ ਰਿਹਾ। ਉਹ ਸਾਰਾ ਪ੍ਰਸੰਗ ਕਿਸੇ ਸਿੱਖ ਨੇ ਮੱਖਣ ਸ਼ਾਹ ਨੂੰ ਦੱਸਿਆ। ਜੋ ਪਈ ਸ਼੍ਰੀ ਹਰਿ ਕ੍ਰਿਸ਼ਨ ਬਾਕ ਜਿਮ ਕਹਿਓ। ਜਿਵੇਂ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਅੱਠਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਬਚਨ ਕਹੇ ਸਨ ਬਾਬਾ ਬਕਾਲੇ, ਉਹ ਬਚਨ ਮੱਖਣ ਸ਼ਾਹ ਨੂੰ ਉਸ ਵੇਲੇ ਸਿੱਖਾਂ ਨੇ ਦੱਸੇ। ਕਿਨਹੂੰ ਗੁਰੂ ਰੂਪ ਨੇ ਲਇਓ। ਹਾਲੇ ਤੱਕ ਕਿਸੇ ਨੂੰ ਸਤਿਗੁਰੂ ਜੀ ਦੇ ਦਰਸ਼ਨ ਨਹੀਂ ਹੋਏ। ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਕਿਹਾ ਸੀ ਬਾਬਾ ਬਕਾਲੇ, ਪਰ ਉਹਨਾਂ ਦਾ ਸਰੂਪ ਹਾਲੇ ਤੱਕ ਕਿਸੇ ਨੇ ਨਹੀਂ ਵੇਖਿਆ। ਬੀਚ ਬਕਾਲੇ ਗੁਰੂ ਕਹਾਵੇ। ਬਸ ਇਹਨਾਂ ਅੱਠਵੇਂ ਪਾਤਸ਼ਾਹ ਨੇ ਸੰਕੇਤ ਕੀਤਾ ਸੀ ਕਿ ਗੁਰੂ ਬਕਾਲੇ ਹੈ, ਬਾਬਾ ਬਕਾਲੇ ਹੈ। ਦ੍ਵੈ ਬਿਸੰਤ ਗਾਦੀਨ ਪੁਜਾਵੇ। ਸੇਠ ਜੀ ਮੱਖਣ ਸ਼ਾਹ ਜੀ ਇਸ ਵਕਤ ਬਾਬੇ ਬਕਾਲੇ ਵਿਖੇ 22 ਮੰਜੀਆਂ ਲੱਗੀਆਂ ਹੋਈਆਂ ਤੇ ਉਹ 22 ਦੇ 22 ਮੰਜੀ ਧਾਰ ਜਿਹੜੇ ਨੇ ਉਹ ਆਪਣੀ ਆਪਣੀ ਪੂਜਾ ਕਰਵਾ ਰਹੇ ਨੇ। ਨਭ ਮੈਂ ਸੂਰ ਨ ਪ੍ਰਗਟੇ ਜਾਵਦੇ। ਕਿਉਂਕਿ ਜਦੋਂ ਤੱਕ ਆਕਾਸ਼ ਵਿੱਚ ਮਾਰਕੰਡ ਦਾ ਪ੍ਰਕਾਸ਼ ਨਹੀਂ ਹੁੰਦਾ, ਜਦੋਂ ਤੱਕ ਆਕਾਸ਼ ਵਿੱਚ ਸੂਰਜ ਉਦੇ ਨਹੀਂ ਹੁੰਦਾ, ਉਡਗਨ ਅਧਿਕ ਪ੍ਰਕਾਸ਼ੇ ਤਾਵਦੇ, ਉਦੋਂ ਤੱਕ ਤਾਰੇ ਜਿਹੜੇ ਨੇ ਉਹ ਟਿਮ ਟਮਾਉਂਦੇ ਨੇ, ਚਮਕਦੇ ਨੇ, ਉਹਨਾਂ ਤਾਰਿਆਂ ਦੀ ਚਮਕ ਉਦੋਂ ਤੱਕ ਬਣੀ ਰਹਿੰਦੀ ਹੈ। ਯਾਂ ਤੇ ਲਕੀਅਤ ਹੈ ਇਸ ਪਾਏ। ਇਸ ਕਰਕੇ ਇੱਥੇ ਇਸ ਪ੍ਰਕਾਰ ਨਾਲ ਜਾਣਿਆ ਜਾ ਰਿਹਾ ਹੈ ਕਿ ਜਦੋਂ ਤੱਕ ਸ੍ਰੀ ਗੁਰਦੇਵ ਨੌਵੇਂ ਪਾਤਸ਼ਾਹ ਪ੍ਰਗਟ ਨਹੀਂ ਹੁੰਦੇ ਉਦੋਂ ਤੱਕ ਇਹ 22 ਮੰਜੀਆਂ ਜਿਹੜੀਆਂ ਨੇ ਲੱਗੀਆਂ ਹੋਈਆਂ ਇਹ ਤਾਰਿਆਂ ਵਾਂਗੂ ਉਦੋਂ ਤੱਕ ਟਿਮ ਟਮਾ ਰਹੇ ਨੇ, ਪਰ ਹਾਲੇ ਤੱਕ ਉਸ ਸੂਰਜ ਰੂਪ ਸਤਿਗੁਰੂ ਜੀ ਦੇ ਦਰਸ਼ਨ ਜੋ ਹਨ ਉਹ ਸੰਗਤ ਨੂੰ ਪ੍ਰਾਪਤ ਨਹੀਂ ਹੋ ਰਹੇ। ਅਬਲੋ ਗੁਰੂ ਨ ਪਾਬਿਦ ਤਾਏ। ਹਾਲੇ ਤੱਕ ਸਤਿਗੁਰੂ ਨੌਵੇਂ ਪਾਤਸ਼ਾਹ ਜੀ ਵਿਦਤ ਨਹੀਂ ਹੋਏ, ਪ੍ਰਗਟ ਨਹੀਂ ਹੋਏ। ਮੱਖਣ ਸ਼ਾਹ ਸੁਨਤ ਸੰਦੇਹ। ਜਦੋਂ ਭਾਈ ਮੱਖਣ ਸ਼ਾਹ ਨੇ ਸੁਣਿਆ, ਸੁਣ ਕੇ ਮੱਖਣ ਸ਼ਾਹ ਦੇ ਮਨ ਚ ਸੰਦੇਹ ਹੋਇਆ। ਮਾਨਸ ਸੰਸੈ ਮਾਨ ਅਛੇ। ਇਹਨੇ ਆਪਣੇ ਮਾਨਸ ਵਿੱਚ ਯਾਨੀ ਕਿ ਆਪਣੇ ਮਨ ਵਿੱਚ ਸੰਦੇਹ ਕੀਤਾ ਹੈ। ਬਹੁ ਤਨ ਲਾਭ ਬਨਜ ਤੇ ਆਵਾ। ਸੋਚਦਾ ਸੰਦੇਹ ਕਰਦਿਆਂ ਮੱਖਣ ਸ਼ਾਹ ਕਿ ਵਪਾਰ ਕਰਕੇ ਵਣਜ ਕਰਕੇ ਮੈਨੂੰ ਬਹੁਤ ਸਾਰਾ ਮੁਨਾਫਾ ਪ੍ਰਾਪਤ ਹੋਇਆ, ਉਸ ਮੁਨਾਫੇ ਵਿੱਚੋਂ ਜਿਹੜਾ ਸਤਿਗੁਰੂ ਜੀ ਦਾ ਹਿੱਸਾ ਹੈ ਉਹ ਮੈਂ ਲੈ ਕੇ ਆਇਆ ਹਾਂ। ਤੇ ਦਸਵੰਦ ਘੁਮੇ ਨਿਤ ਸਾਵਾ। ਜਿਤਨਾ ਦਸਵੰਦ ਹੈ ਉਹ ਦਸਵੰਦ ਮੈਂ ਕੱਢਿਆ ਹੋਇਆ ਸਤਿਗੁਰੂ ਜੀ ਦੇ ਚਰਨਾਂ ਚ ਅਰਪਣ ਕਰਨ ਲਈ। ਉਦਤ ਜਹਾਜ਼ ਅਟਕ ਜਬ ਗਈ। ਜਦੋਂ ਸਮੁੰਦਰ ਵਿੱਚ ਮੇਰਾ ਜਹਾਜ਼ ਬਰੇਤੀ ਵਿੱਚ ਧਸ ਗਿਆ ਸੀ, ਤਹਾਂ ਸਹਾਇਕ ਸਤਿਗੁਰ ਭਈਓ। ਉੱਥੇ ਸਤਿਗੁਰੂ ਜੀ ਮੇਰੇ ਸਹਾਇਕ ਹੋਏ, ਸਤਿਗੁਰੂ ਜੀ ਮੇਰੇ ਮਦਦਗਾਰ ਹੋਏ ਸਨ। ਤਬ ਮਨ ਤੇ ਮੈਂ ਦਰਬ ਕਨੇਰਾ। ਉਦੋਂ ਵੀ ਮੈਂ ਆਪਣੇ ਮਨ ਵਿੱਚ ਸਤਿਗੁਰਾਂ ਦੇ ਚਰਨਾਂ ਵਿੱਚ ਮਾਇਆ ਅਰਪਣ ਕਰਨ ਵਾਸਤੇ ਸੰਕਲਪ ਕੀਤਾ ਸੀ। ਅਰਪਣ ਚੋ ਗੁਰਨ ਕੇ ਪੈਰਾ। ਸਤਿਗੁਰੂ ਜੀ ਦੇ ਚਰਨਾਂ ਵਿੱਚ ਉਹ ਮਾਇਆ ਮੈਂ ਅਰਪਣੀ ਚਾਹੁੰਦਾ ਹਾਂ। ਬਹੁਤ ਬਿਤ ਅਬ ਲਿਆਵਨ ਕੀਨਾ। ਮੈਂ ਹੁਣ ਬਹੁਤ ਸਾਰੀਆਂ ਵਸਤੂਆਂ ਤੇ ਗੁਰਦੇਵ ਦੀ ਜੋ ਮਾਇਆ ਹੈ
महाराज जी दे हिस्से दी जो मैं कढ़ी हुई है दसवंध दी ਉਹ ਹੁਣ ਮੈਂ ਸਤਿਗੁਰਾਂ ਦੇ ਚਰਨਾਂ ਵਿੱਚ ਅਰਪਣ ਕਰਨਾ ਚਾਹੁੰਦਾ ਹਾਂ ਸਤਿਗੁਰ ਭੇਟ ਚੋ ਮੈਂ ਦੀਨਾ ਗੁਰੂ ਸਾਹਿਬ ਦੀ ਭੇਟਾ ਤੇ ਗੁਰੂ ਚਰਨਾਂ ਵਿੱਚ ਹੀ ਦੇਣਾ ਚਾਹੁੰਦਾ ਹਾਂ ਇਹ ਮੇਰੇ ਸਿਰ ਤੇ ਰਿਣ ਹੈ ਜਦੋਂ ਤੱਕ ਮੈਂ ਗੁਰੂ ਚਰਨਾਂ 'ਚ ਅਰਪਣ ਨਹੀਂ ਕਰ ਦਿੰਦਾ ਇਹ ਰਿਣ ਮੇਰੇ ਸਿਰੋਂ ਨਹੀਂ ਉਤਰਨਾ ਕਿਸ ਪ੍ਰਕਾਰ ਕਰ ਸਕਵ ਜਨਾ ਪਛਾਣ ਹੁਣ ਸੋਚਦਾ ਵੀ ਮੈਂ ਪਛਾਣਾ ਕਿਵੇਂ ਸਤਿਗੁਰਾਂ ਨੂੰ ਮੈਨੂੰ ਪਹਿਚਾਣ ਕਿਵੇਂ ਹੋਵੇ ਬਾਈ ਮੰਜੀਆਂ ਨੇ ਕਹਿੰਦੇ ਲੱਗੀਆਂ ਬਾਬੇ ਬਕਾਲੇ ਪਰ ਮੈਂ ਹੁਣ ਪਛਾਣਾ ਕਿਵੇਂ ਕਿ ਉਹਨਾਂ ਵਿੱਚੋਂ ਗੁਰੂ ਕੌਣ ਨੇ ਕਿਹੜੇ ਗੁਰੂ ਸਾਹਿਬ ਨੇ ਜਿਨ੍ਹਾਂ ਨੇ ਮੇਰਾ ਬਰੇਤੀ 'ਚ ਧਸਿਆ ਜਹਾਜ਼ ਕਿਨਾਰੇ ਲਾਵਾ ਭੇ ਹਰਿ ਕ੍ਰਿਸ਼ਨ ਸੋ ਅੰਤਰ ਧਿਆਨ ਕਿਉਂਕਿ ਸ੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਅੱਠਵੇਂ ਪਾਤਸ਼ਾਹ ਤਾਂ ਜੋਤੀ ਜੋਤ ਸਮਾ ਗਏ ਨੇ ਕਿਹਰ ਵਸਤ ਕਰੀ ਕੋ ਦੇਣ ਹੁਣ ਬੱਬਰ ਸ਼ੇਰ ਦੀ ਵਸਤੂ ਹੋਵੇ ਤੇ ਮੈਂ ਉਹ ਜਾ ਕੇ ਹਾਥੀ ਨੂੰ ਦੇ ਦੇਵਾਂ ਗੱਲ ਤਾਂ ਨਹੀਂ ਨਾ ਬਣਦੀ ਵਸਤੂ ਬੱਬਰ ਸ਼ੇਰ ਦੀ ਹੋਵੇ ਤੇ ਮੈਂ ਉਹ ਕਰੀ ਦਾ ਮਤਲਬ ਹੁੰਦਾ ਹਾਥੀ ਉਹ ਹਾਥੀ ਨੂੰ ਦੇਵਾਂ ਤੇ ਇਹ ਗੱਲ ਚੰਗੀ ਨਹੀਂ ਲੱਗਦੀ ਕਿਮ ਪੁੰਨ ਚੈ ਤਿੰਨ ਤੇ ਫਲ ਲੈਣ ਸ਼ੇਰ ਦੀ ਵਸਤੂ ਹਾਥੀ ਨੂੰ ਦੇ ਦਿਆਂ ਤੇ ਫਿਰ ਮੈਂ ਉਸ ਹਾਥੀ ਕੋਲੋਂ ਫਲ ਚਾਹਵਾਂ ਜਿਹੜਾ ਸ਼ੇਰ ਕੋਲੋਂ ਚਾਹੀਦਾ ਉਹ ਹਾਥੀ ਕੋਲੋਂ ਤਾਂ ਨਹੀਂ ਨਾ ਮਿਲ ਸਕਦਾ ਯਾਨੀ ਕਿ ਜੋ ਮਾਇਆ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਹੈ ਉਹ ਮਹਾਰਾਜ ਜੀ ਨੂੰ ਛੱਡ ਕੇ ਮੈਂ ਇਹਨਾਂ ਬਾਈ ਮੰਜੀਆਂ ਵਾਲਿਆਂ ਨੂੰ ਦੇ ਦਿਆਂ ਤੇ ਫਿਰ ਮੁੜ ਕੇ ਫਲ ਚਾਹਵਾਂ ਤੇ ਮੈਨੂੰ ਉਹ ਫਲ ਨਹੀਂ ਮਿਲ ਸਕਦਾ ਜੋ ਸਾਹਿਬ ਨੌਵੇਂ ਪਾਤਸ਼ਾਹ ਨੇ ਮੈਨੂੰ ਬਖਸ਼ਣਾ ਹੈ ਹੋਵੇ ਨਿਸ਼ਚੈ ਗੁਰੂ ਨ ਜਾਵਤ ਜਦੋਂ ਤੱਕ ਮੇਰੇ ਮਨ 'ਚ ਇਸ ਗੱਲ ਦਾ ਨਿਸ਼ਚਾ ਨਹੀਂ ਹੁੰਦਾ ਕਿ ਕੌਣ ਹਨ ਨੌਵੇਂ ਪਾਤਸ਼ਾਹ ਅਸਮੰਜਸ ਤਨ ਅਰਪਨ ਤਾਵਤ ਉਦੋਂ ਤੱਕ ਮਾਇਆ ਦਸਵੰਧ ਦੀ ਗੁਰਦੇਵ ਦੀ ਅਰਪਣ ਕਰਨੀ ਮੇਰੇ ਲਈ ਮੁਸ਼ਕਿਲ ਹੈ ਉਦੋਂ ਤੱਕ ਮੈਂ ਸਤਿਗੁਰਾਂ ਦੀ ਮਾਇਆ ਕਿਸੇ ਅੱਗੇ ਅਰਪਣ ਨਹੀਂ ਕਰਨੀ ਜਦੋਂ ਤੱਕ ਮੇਰੇ ਮਨ ਵਿੱਚ ਇਸ ਗੱਲ ਦਾ ਨਿਸ਼ਚੇ ਨਹੀਂ ਹੋ ਜਾਂਦਾ ਨਿਰਣਾ ਨਹੀਂ ਹੋ ਜਾਂਦਾ ਕਿ ਨੌਵੇਂ ਪਾਤਸ਼ਾਹ ਕੌਣ ਹਨ ਕੌਣ ਸਥਲ ਮੈਂ ਖੋਜੋ ਗੁਰ ਕੋ ਮੈਂ ਕਿਹੜੇ ਸਥਾਨ ਤੇ ਜਾ ਕੇ ਕਿਹੜੀ ਜਗ੍ਹਾ ਤੇ ਜਾ ਕੇ ਸਤਿਗੁਰਾਂ ਨੂੰ ਖੋਜਾਂ ਹੋਏ ਮਨੋਰਥ ਪੂਰਨ ਉਰ ਕੋ ਔਰ ਮੇਰੇ ਮਨ ਦਾ ਜੋ ਮਨੋਰਥ ਹੈ ਉਹ ਪੂਰਨ ਹੋ ਜਾਵੇ ਮੇਰੇ ਮਨ ਦੀ ਇੱਛਾ ਪੂਰਨ ਹੋ ਜਾਵੇ ਗੁਰ ਹਰਿ ਕ੍ਰਿਸ਼ਨ ਬਾਕੀ ਅਨੁਸਾਰਾ ਧੰਨ ਗੁਰੂ ਹਰਿ ਕ੍ਰਿਸ਼ਨ ਸਾਹਿਬ ਅੱਠਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਬਚਨਾਂ ਦੇ ਅਨੁਸਾਰ ਚਾਹੀਏ ਬਕਾਲੇ ਗ੍ਰਾਮ ਮਜਾਰਾ ਇਸ ਵਕਤ ਬਕਾਲੇ ਵਿੱਚ ਹੀ ਹੈ ਕਿਉਂਕਿ ਅੱਠਵੇਂ ਪਾਤਸ਼ਾਹ ਨੇ ਕਿਹਾ ਬਾਬਾ ਬਕਾਲੇ ਇਹਦਾ ਮਤਲਬ ਇਹ ਤਾਂ ਗੱਲ ਪੱਕੀ ਹੈ ਕਿ ਸਤਿਗੁਰੂ ਜੀ ਇਸ ਵੇਲੇ ਬਕਾਲੇ ਨਗਰ ਵਿੱਚ ਹੀ ਹਨ ਗੁਰੂ ਬਚਨ ਪਰ ਸ਼ਰਧਾ ਧਰਨੀ ਔਰ ਗੁਰਦੇਵ ਦੇ ਬਚਨਾਂ ਦੇ ਉੱਤੇ ਸ਼ਰਧਾ ਰੱਖਣੀ ਹਰ ਇੱਕ ਸਿੱਖ ਦਾ ਫਰਜ਼ ਹੈ ਬ੍ਰਿਧਨ ਇਹ ਉੱਤਮ ਗਤ ਬਰਨੀ ਜਿਹੜੇ ਬਿਰਧ ਨੇ ਵਡੇਰੇ ਨੇ ਬਜ਼ੁਰਗ ਸਿੱਖ ਨੇ ਸਿਆਣੇ ਸਿੱਖ ਨੇ ਉਹਨਾਂ ਵੱਲੋਂ ਇਹੀ ਉੱਤਮ ਕਰਨੀ ਵਰਣਨ ਕੀਤੀ ਗਈ ਹੈ ਸਿੱਖ ਨੂੰ ਗੁਰੂ ਦੇ ਬਚਨਾਂ ਤੇ ਸ਼ਰਧਾ ਰੱਖਣੀ ਚਾਹੀਦੀ ਹੈ ਹੋਏ ਜੇ ਸਿੱਖ ਅਸ਼ਰਧਾਵਾਨ ਪਰ ਜਿਹੜਾ ਸਿੱਖ ਸ਼ਰਧਾ ਨੂੰ ਛੱਡ ਦਿੰਦਾ ਹੈ ਗੁਰੂ ਤੋਂ ਸ਼ਰਧਾ ਰੱਖਣ ਦੀ ਬਜਾਏ ਨਿਸ਼ਰਧਕ ਹੋ ਜਾਂਦਾ ਹੈ ਨੈ ਸਿੱਖੀ ਫਲ ਲੈ ਸੁਨ ਦਾਨ ਉਹਨਾਂ ਨੂੰ ਗੁਰ ਸਿੱਖੀ ਦਾ ਜਿਹੜਾ ਫਲ ਹੈ ਉਹਨਾਂ ਨਦਾਨ ਤੇ ਮੂਰਖ ਲੋਕਾਂ ਨੂੰ ਪ੍ਰਾਪਤ ਨਹੀਂ ਹੁੰਦਾ ਜਿਹੜੇ ਗੁਰੂ ਤੇ ਸ਼ਰਧਾ ਰੱਖਣ ਦੀ ਬਜਾਏ ਕਿੰਤੂ ਪਰੰਤੂ ਕਰਦੇ ਉਹਨਾਂ ਨਦਾਨਾਂ ਨੂੰ ਉਹਨਾਂ ਮੂਰਖਾਂ ਨੂੰ ਗੁਰੂ ਕੀ ਸਿੱਖੀ ਦਾ ਫਲ ਪ੍ਰਾਪਤ ਨਹੀਂ ਹੁੰਦਾ ਸ਼ਰਧਾ ਸਿੱਖੀ ਮੂਲ ਮਹਾਨੀ ਇਹ ਗੱਲ ਯਾਦ ਰੱਖਿਓ ਮੱਖਣ ਸ਼ਾਹ ਸੋਚ ਰਿਹਾ ਮਨ 'ਚ ਕਿ ਜਿਹੜੀ ਸ਼ਰਧਾ ਹੈ ਇਹ ਗੁਰਸਿੱਖੀ ਦੀ ਜੜ ਹੈ ਮੂਲ ਕਹਿੰਦੇ ਨੇ ਜੜ ਨੂੰ ਸ਼ਰਧਾ ਤੋਂ ਬਿਨਾਂ ਕਿਵੇਂ ਗੱਲ ਬਣਨੀ ਹੈ ਬਈ ਮਸਕੀਨ ਜੀ ਇਹ ਗੱਲ ਬੜੇ ਪਿਆਰ ਨਾਲ ਤੇ ਦਾਅਵੇ ਨਾਲ ਕਿਹਾ ਕਰਦੇ ਸਨ ਉਹ ਕਹਿੰਦੇ ਸ਼ਰਧਾ ਅੰਨੀ ਹੋਣੀ ਚਾਹੀਦੀ ਹੈ ਆਪਣੇ ਗੁਰੂ ਤੇ
ਸ਼ਰਧਾ ਅੰਨੀ ਹੋਣੀ ਚਾਹੀਦੀ, ਕਿਉਂਕਿ ਸ਼ਰਧਾ ਦੀਆਂ ਅੱਖਾਂ ਹੁੰਦੀਆਂ ਹੀ ਨਹੀਂ, ਸ਼ਰਧਾ ਹੁੰਦੀ ਅੰਨੀ। ਪਰ ਫਰਕ ਇੱਥੇ ਸਮਝ ਲੈਣਾ ਕਿ ਜਿਸ 'ਤੇ ਸ਼ਰਧਾ ਹੋਵੇ ਉਹ ਅੰਨਾ ਨਹੀਂ ਹੋਣਾ ਚਾਹੀਦਾ। ਸਤਿਗੁਰਾਂ 'ਤੇ ਸ਼ਰਧਾ ਅੰਨੀ ਹੋਣੀ ਚਾਹੀਦੀ ਹੈ, ਪਰ ਜਿਸ 'ਤੇ ਹੋਵੇ ਉਹ ਅੰਨਾ ਨਹੀਂ ਹੋਣਾ ਚਾਹੀਦਾ, ਬਸ ਇਹ ਖਿਆਲ। ਅਤੇ ਜਦੋਂ ਤੱਕ ਅਸੀਂ ਸਾਹਿਬ 'ਤੇ ਪੂਰਨ ਸ਼ਰਧਾ ਨਹੀਂ ਰੱਖਦੇ, ਮੱਖਣ ਸ਼ਾਹ ਸੋਚ ਰਿਹਾ, ਉਦੋਂ ਤੱਕ ਸਿੱਖੀ ਦਾ ਫਲ ਪ੍ਰਾਪਤ ਨਹੀਂ ਹੁੰਦਾ। ਜਾਂ ਇਸ ਤਰ੍ਹਾਂ ਕਹਿ ਲਈਏ, ਸਿੱਖੀ ਦਾ ਮੂਲ ਸ਼ਰਧਾ ਹੈ। ਬਿਨਾਂ ਮੂਲ ਤੇ ਮੁਕਤ ਜੇ ਫਲ ਹੈ। ਹੁਣ ਜਦੋਂ ਮੂਲ ਹੀ ਨਾ ਹੋਵੇਗਾ ਤੇ ਉਸ ਦਰਖਤ ਤੋਂ ਤੁਸੀਂ ਫਲ ਚਾਹੋ, ਜਿਹੜਾ ਮੁਕਤੀ ਦਾ ਫਲ ਹੈ, ਜੀਵਨ ਮੁਕਤ ਅਵਸਥਾ ਦਾ ਫਲ ਹੈ, ਉਹ ਕਿਵੇਂ ਮਿਲ ਸਕਦਾ? ਜੇ ਜੜ ਹੀ ਨਾ ਹੋਵੇਗੀ, ਉਹ ਦਰਖਤ ਤੋਂ ਫਲ ਕਿਵੇਂ ਪ੍ਰਾਪਤ ਹੋਵੇਗਾ? ਨੈ ਪ੍ਰਾਪਤ ਹੋਵਤ ਕਿਸ ਫਲ ਹੈ। ਕਿਸੇ ਜਗ੍ਹਾ ਤੇ ਉਹ ਜੀਵਨ ਮੁਕਤ ਅਵਸਥਾ ਦਾ ਫਲ ਪ੍ਰਾਪਤ ਨਹੀਂ ਹੋਣਾ। ਸ਼ਰਧਾ ਤੇ ਉਰ ਧਰ ਉਪਦੇਸ਼, ਕਰਕੇ ਗੁਰੂ ਪਾਤਸ਼ਾਹ ਦਾ ਜੋ ਉਪਦੇਸ਼ ਹੈ ਉਹਨੂੰ ਸ਼ਰਧਾ ਸਹਿਤ ਆਪਣੇ ਹਿਰਦੇ ਚ ਧਾਰਨ ਕਰਨਾ, ਇਹ ਗੁਰਸਿੱਖ ਦਾ ਕਰਤੱਵ ਹੈ, ਗੁਰਸਿੱਖ ਦਾ ਫਰਜ਼ ਹੈ। ਜੋ ਸਤਿਗੁਰਾਂ ਦਾ ਵਚਨ ਹੈ, ਗੁਰੂ ਕਾ ਉਪਦੇਸ਼ ਹੈ, ਉਹਦੇ 'ਤੇ ਆਪਣੇ ਮਨ 'ਚ ਪੂਰਨ ਸ਼ਰਧਾ ਰੱਖਣੀ। ਅੱਜ ਕੱਲ੍ਹ ਤਾਂ ਸ਼ਰਧਾ ਰੱਖਣ ਵਾਲਿਆਂ ਨੂੰ ਸਾਡੇ ਜਿਹੜੇ ਤਰਕ ਵਿੱਦਿਆ ਦੇ ਧਾਰਨੀ ਲੋਕ ਨੇ, ਜਿਨ੍ਹਾਂ ਕੋਲ ਹੈ ਹੀ ਤਰਕ, ਉਹ ਅਰਥ ਪਤਾ ਕੀ ਕਰਦੇ ਨੇ ਸ਼ਰਧਾਲੂ ਦੇ? ਕਹਿੰਦੇ ਸ਼ਰਧਾਲੂ ਦਾ ਮਤਲਬ ਹੁੰਦਾ ਉੱਲੂ, ਸ਼ਰਧਾ ਜਮਾ ਉੱਲੂ, ਉੱਲੂ ਕਰਿਆ ਕਰਦੇ ਆ ਸ਼ਰਧਾ। ਤਰਕ ਕਰਨ ਵਾਲੇ ਏਦਾਂ ਦੇ ਵੀ ਅਰਥ ਕਰਦੇ ਆ, ਪਰ ਸ਼ਰਧਾ ਹੀ ਐਸਾ ਘਰ ਹੈ ਜਿੱਥੇ ਆਣ ਕੇ ਅਸੀਂ ਆਪਣਾ ਪੂਰਨ ਤੌਰ 'ਤੇ ਟਿਕਾਣਾ ਕਰਕੇ ਗੁਰੂ ਚਰਨਾਂ 'ਚ ਸਮਰਪਣ ਕਰ ਸਕਦੇ ਹਾਂ। ਜੇ ਤਰਕ ਵਿੱਦਿਆ ਹੁੰਦੀ ਤੇ ਕਦੇ ਪਿਆਰੇ ਭਾਈ ਦਇਆ ਸਿੰਘ ਆਪਣਾ ਸਿਰ ਦੇਣ ਵਾਸਤੇ ਨਾ ਉੱਠਦੇ। ਸ਼ਰਧਾ ਸੀ, ਮੇਰੇ ਗੁਰੂ ਨੇ ਸਿਰ ਮੰਗਿਆ ਤੇ ਮੈਂ ਦੇਣਾ। ਜੇ ਤਰਕ ਵਿੱਦਿਆ ਹੁੰਦੀ ਮਨ 'ਚ ਵੀ ਮੈਂ ਕਿਉਂ ਜਾ ਕੇ ਗੁਰੂ ਕੋਲੋਂ ਤਲਵਾਰ ਨਾਲ ਆਪਣਾ ਸਿਰ ਕਟਾਵਾਂ, ਮੇਰੇ ਬਾਲ ਬੱਚੇ ਨੇ, ਪਰਿਵਾਰ ਹੈ। ਉਹ ਸ਼ਰਧਾ ਸੀ ਕਿ ਮੇਰੇ ਗੁਰੂ ਨੇ ਕਿਹਾ ਸੀਸ ਲੈਣਾ ਤੇ ਮੈਂ ਭੇਟ ਕਰਨਾ। ਜੇ ਸ਼ਰਧਾ ਨਾ ਹੁੰਦੀ ਤੇ ਕਦੇ ਵੀ ਸਤਿਗੁਰੂ ਜੀ ਦੇ ਚਰਨਾਂ ਵਿੱਚ ਆਪਣਾ ਸੀਸ ਅਰਪਣ ਨਾ ਕਰਦੇ। ਸ਼ਰਧਾ ਸਾਨੂੰ ਗੁਰੂ ਸਾਹਿਬ ਦੇ ਚਰਨਾਂ ਨਾਲ ਜੋੜਦੀ ਹੈ, ਗੁਰਦੇਵ ਦੇ ਚਰਨਾਂ ਦੇ ਵਿੱਚ ਸਾਡਾ ਟਿਕਾਣਾ ਬਣਾਉਂਦੀ ਹੈ। ਇਸ ਕਰਕੇ ਗੁਰਸਿੱਖ ਦੇ ਹਿਰਦੇ ਵਿੱਚ ਸ਼ਰਧਾ ਤੇ ਭਾਵਨਾ ਹੋਣੀ ਅਤਿ ਜ਼ਰੂਰੀ ਹੈ। ਪਰ ਮੈਂ ਪਹਿਲਾਂ ਬੇਨਤੀ ਕੀਤੀ ਵੀ ਸ਼ਰਧਾ ਹੋਵੇ ਆਪਣੇ ਗੁਰੂ 'ਤੇ, ਆਪਣੇ ਸਾਹਿਬ 'ਤੇ। ਤੋ ਇੱਥੇ ਕਹਿ ਰਹੇ ਨੇ ਕਿ ਜਿਹੜੇ ਮਾਈ ਭਾਈ ਸ਼ਰਧਾ ਸਹਿਤ ਗੁਰੂ ਸਾਹਿਬ ਜੀ ਦੇ ਉਪਦੇਸ਼ ਨੂੰ ਆਪਣੇ ਹਿਰਦੇ 'ਚ ਧਾਰਦੇ ਹਨ, ਪਾਏ ਅਚਲ ਸੁਖ ਤਜੇ ਕਲੇਸ਼। ਅਚਲ ਸੁਖ ਦੀ ਪ੍ਰਾਪਤੀ ਹੁੰਦੀ ਹੈ ਔਰ ਉਹਨਾਂ ਦੇ ਹਿਰਦੇ 'ਚੋਂ ਕਲੇਸ਼ ਤਜੇ ਜਾਂਦੇ ਨੇ, ਉਹਨਾਂ ਦੇ ਹਿਰਦੇ 'ਚੋਂ ਕਲੇਸ਼ ਦੂਰ ਹੋ ਜਾਂਦੇ ਨੇ, ਕਲੇਸ਼ ਨਿਰਵਿਰਤ ਹੋ ਜਾਂਦੇ ਹੈ। ਇਹ ਸ਼ਰਧਾ ਸੀ ਭਗਤ ਨਾਮਦੇਵ ਦੀ ਕਿ ਮੇਰਾ ਰੱਬ ਚਾਹਵੇ ਤੇ ਇਸ ਮਰੀ ਹੋਈ ਗਾਂ ਨੂੰ ਜਿਉਂਦੀ ਕਰ ਸਕਦਾ ਹੈ। ਸ਼ਰਧਾ ਸੀ ਨਾ, ਜੇ ਤਰਕ ਹੁੰਦੀ ਤੇ ਭਗਤ ਜੀ ਕਹਿ ਦਿੰਦੇ ਵੀ ਇਹ ਕਿਵੇਂ ਜਿਉਂਦੀ ਹੋ ਸਕਦੀ ਹੈ, ਸਿਰ ਵੱਢਿਆ ਹੋਇਆ ਇਹਦਾ, ਮਰੀ ਹੋਈ ਗਊ ਹੈ। ਪਰ ਸ਼ਰਧਾ ਸੀ ਮੇਰਾ ਮਾਲਕ ਚਾਹੇ ਤੇ ਉਸ ਮਰੀ ਹੋਈ ਗਾਂ ਨੂੰ ਵੀ ਜੀਵਿਤ ਕਰ ਸਕਦਾ ਹੈ, ਮੇਰੇ ਮਾਲਕ ਵਿੱਚ ਸਮਰੱਥਾ ਹੈ, ਉਹ ਜੋ ਚਾਹੇ ਮਰਜ਼ੀ ਕਰ ਸਕਦਾ। ਹਾਂਜੀ, ਗੁਰਬਚ ਪਰ ਸ਼ਰਧਾ ਧਰਿਆਂ ਤੇ। ਇਸ ਕਰਕੇ ਸੱਜਣੋ, ਗੁਰੂ ਕੇ ਬਚਨਾਂ ਦੇ ਉੱਤੇ ਸ਼ਰਧਾ ਰੱਖੋ। ਮੱਖਣ ਸ਼ਾਹ ਕਹਿੰਦੇ ਵੀ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਕਿਹਾ ਬਾਬਾ ਬਕਾਲੇ, ਤੇ ਫਿਰ ਗੁਰੂ ਸਾਹਿਬ ਬਕਾਲੇ ਹੀ ਨੇ, ਕਿਤੇ ਹੋਰ ਨਹੀਂ ਹੋ ਸਕਦੇ। ਇਹ ਗੁਰੂ ਸਾਹਿਬ ਦੇ ਬਚਨਾਂ ਤੇ ਸਾਨੂੰ ਸਾਰਿਆਂ ਨੂੰ ਸ਼ਰਧਾ ਰੱਖਣੀ ਚਾਹੀਦੀ ਹੈ ਕਿ ਗੁਰੂ ਫਿਰ ਬਕਾਲੇ ਵਿੱਚ ਹੀ ਪ੍ਰਗਟ ਹੋਣਗੇ, ਜੇ ਅੱਠਵੇਂ ਪਾਤਸ਼ਾਹ ਨੇ ਕਿਹਾ ਮੈਂ ਖੋਜੋ ਪ੍ਰਾਪਤ ਹੋਏ ਜਾਂ ਤੇ। ਗੁਰੂ ਸਾਹਿਬ ਦੀ
ਕਿਰਪਾ ਨਾਲ ਜਾ ਕੇ ਮੈਂ ਖੋਜਾਂਗਾ। ਜੇ ਮੇਰੇ ਪੂਰਵਲੇ ਜਨਮਾਂ ਦੇ ਭਾਗ ਸਵੱਲੇ ਹੋਏ ਤੇ ਮੈਂ ਸਤਿਗੁਰਾਂ ਨੂੰ ਖੋਜ ਕੇ ਉਹਨਾਂ ਦੇ ਦਰਸ਼ਨ ਕਰਾਂਗਾ ਔਰ ਉਹਨਾਂ ਦੀ ਅਮਾਨਤ ਉਹਨਾਂ ਦੇ ਚਰਨਾਂ ਵਿੱਚ ਭੇਟ ਕਰਾਂਗਾ। ਬਿਨ ਗੁਰ ਮਿਲੇ ਜੇ ਹਟ ਕੇ ਗਵ ਨੂੰ। ਸੋਚਦਾ ਮੱਖਣ ਸ਼ਾਹ ਕਿ ਜੇ ਸਤਿਗੁਰਾਂ ਨੂੰ ਮਿਲੇ ਬਿਨਾਂ ਉਹਨਾਂ ਦੇ ਦਰਸ਼ਨ ਕੀਤੇ ਬਿਨਾਂ ਮੈਂ ਇੱਥੋਂ ਵਾਪਸ ਪਰਤਦਾ ਹਾਂ। ਹੋਏ ਬੇਅਰਥ ਦੇਸ਼ ਆਗਵ ਨੂੰ। ਮੇਰਾ ਇਸ ਦੇਸ਼ ਵਿੱਚ ਆਉਣਾ ਹੀ ਵਿਅਰਥ ਹੋਵੇਗਾ, ਮੇਰਾ ਇੱਥੇ ਆਉਣਾ ਹੀ ਨਿਰਾਰਥ ਹੈ। ਫਿਰ ਤਾਂ ਇੰਨੀ ਦੂਰ ਦਾ ਪੰਧ ਮੁਕਾ ਕੇ ਆਇਆ, ਉਹਦਾ ਕੋਈ ਲਾਭ ਨਹੀਂ ਹੋਣਾ। ਕਰਮ ਰਹਿ ਸੰਕਟ ਭਵਨੋਂ। ਫਿਰ ਮੈਂ ਇਹੀ ਜਾਣਾਂਗਾ ਮੇਰੇ ਕਰਮ ਮਾੜੇ ਨੇ, ਮੇਰੇ ਕਰਮ ਮੰਦੇ ਨੇ ਔਰ ਉਹਨਾਂ ਮੰਦੇ ਕਰਮਾਂ ਕਰਕੇ ਮੈਂ ਆਪਣੇ ਘਰ ਦੇ ਵਿੱਚ ਹੀ ਵਾਪਸ ਪਰਤਾਂਗਾ। ਸਤਿਗੁਰ ਦੇਖਵ ਜਨਾ ਵੈ ਕਵਨੋ। ਹਾਂ, ਹੁਣ ਸਤਿਗੁਰੂ ਜੀ ਕਿਰਪਾ ਕਰਨ, ਮੈਨੂੰ ਆਪਣਾ ਆਪ ਜਣਾ ਦੇਣ, ਉਹ ਆਪਣੇ ਆਪ ਦੇ ਮੈਨੂੰ ਦਰਸ਼ਨ ਕਰਾ ਦੇਣ। ਇਮ ਵਿਚਾਰ ਕਰ ਮਾਨਸ ਦੀਨ। ਆਪਣੇ ਮਾਨਸ ਮਨ ਦੇ ਅੰਦਰ ਭਾਈ ਮੱਖਣ ਸ਼ਾਹ ਨੇ ਏਦਾਂ ਦੀ ਵਿਚਾਰ ਕੀਤੀ ਵੀ ਹੁਣ ਚੱਲਾਂਗਾ ਜ਼ਰੂਰ, ਇੱਕ ਵਾਰੀ ਆਇਆ ਹਾਂ ਬਕਾਲੇ ਤੇ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਬਚਨਾਂ ਤੇ ਮੈਨੂੰ ਭਰੋਸਾ। ਉਹਨਾਂ ਨੇ ਕਿਹਾ ਗੁਰੂ ਬਕਾਲੇ ਹੈ ਤੇ ਫਿਰ ਸਤਿਗੁਰੂ ਜੀ ਬਕਾਲੇ ਚ ਹੀ ਪ੍ਰਗਟ ਹੋਣਗੇ, ਮੈਨੂੰ ਉੱਥੇ ਹੀ ਦਰਸ਼ਨ ਦੇਣਗੇ। ਹਿਰਦੈ ਅਰਾਧੈ ਪਗ ਮਨ ਲੀਨ। ਆਪਣੇ ਹਿਰਦੇ ਚ ਅਰਾਧਦਾ, ਹੈ ਨੌਵੇਂ ਪਾਤਸ਼ਾਹ ਮੈਂ ਜਾਣਦਾ ਨਹੀਂ ਹਾਂ ਤੁਹਾਡਾ ਸਰੂਪ ਕੈਸਾ ਹੈ, ਮੈਂ ਨਹੀਂ ਜਾਣਦਾ ਤੁਹਾਡਾ ਨਾਂ ਕੀ ਹੈ, ਮੈਨੂੰ ਇਹ ਵੀ ਨਹੀਂ ਪਤਾ ਵੀ ਉੱਥੇ ਜਿਹੜੀਆਂ 22 ਮੰਜੀਆਂ ਲੱਗੀਆਂ ਨੇ ਉਹਨਾਂ ਵਿੱਚ ਤੁਸੀਂ ਹੋ ਕਿ ਨਹੀਂ, ਕਿਸੇ ਹੋਰ ਥਾਂ ਤੇ ਹੋ, ਪਰ ਤੁਸੀਂ ਤਾਂ ਮੈਨੂੰ ਜਾਣਦੇ ਹੋ ਨਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮੈਂ ਭਾਵੇਂ ਨਹੀਂ ਜਾਣਦਾ ਪਰ ਤੁਸੀਂ ਤਾਂ ਜਾਣਦੇ ਹੋ ਨਾ, ਤੇ ਜੇ ਤੁਸੀਂ ਜਾਣਦੇ ਹੋ ਤੇ ਕਿਰਪਾ ਕਰੋ ਹੇ ਦਿਆਲੂ ਕਿਰਪਾਲੂ ਸਤਿਗੁਰੂ, ਮੈਨੂੰ ਤੁਸੀਂ ਆਪਣਾ ਆਪ ਜਣਾ ਦਿਓ। ਤਰਕ ਅਨਿਕ ਕੋ ਹਿਰਦੈ ਉਠਾਏ। ਮਨ ਚ ਕਈ ਤਰ੍ਹਾਂ ਦੇ ਸਵਾਲ ਭਾਈ ਮੱਖਣ ਸ਼ਾਹ ਦੇ ਉੱਠਦੇ ਹਨ। ਪੰਥ ਬਕਾਲੇ ਗਮਨਤ ਜਾਏ। ਇਹ ਤਾਂ ਸੋਚਦਾ ਵਿਚਾਰਦਾ ਭਾਈ ਮੱਖਣ ਸ਼ਾਹ ਆਪਣੇ ਟੱਬਰ ਸਮੇਤ ਬਕਾਲਾ ਸਾਹਿਬ ਨੂੰ ਜਾ ਰਿਹਾ। ਕਿਸ ਪ੍ਰਕਾਰ ਮੋਏ ਮਿਲੇ ਗੁਸਾਈ। ਸੋਚਦਾ ਕਿਵੇਂ ਮਿਲਣਗੇ ਸਤਿਗੁਰੂ ਜੀ ਮੈਨੂੰ, ਕਿਸ ਪ੍ਰਕਾਰ ਮਿਲਣਗੇ ਮੈਨੂੰ, ਕਿਵੇਂ ਉਹਨਾਂ ਦੇ ਦਰਸ਼ਨ ਹੋਣਗੇ। ਜੇ ਅਬਲੋ ਨੈ ਨਿਜ ਬਿਧਤਾਈ। ਜੇ ਹਾਲੇ ਤੱਕ ਉਹਨਾਂ ਨੇ ਆਪਣਾ ਆਪ ਪ੍ਰਗਟ ਨਹੀਂ ਕੀਤਾ। ਅਪਰ ਸਿੱਖ ਮਿਲ ਮਿਲ ਜਿਮ ਜਾਏ। ਤੇ ਜਿਵੇਂ ਹੋਰ ਸਿੱਖ ਇੱਥੇ ਆ ਰਹੇ ਨੇ ਉਹ ਮਿਲ ਮਿਲ ਕੇ ਜਾਂਦੇ 22 ਮੰਜੀਆਂ ਨੂੰ, ਸਭ ਨੂੰ ਕੋਈ ਕਿਹਨੂੰ ਮੱਥਾ ਟੇਕਦਾ, ਕੋਈ ਕਿਹਨੂੰ ਨਿਰਣਾ ਤਾਂ ਹੈ ਨੀ ਵੀ ਗੁਰੂ ਕੌਣ ਹੈ, ਜਿਵੇਂ ਉਹ ਸਾਰੇ ਮਿਲ ਮਿਲ ਕੇ ਜਾ ਰਹੇ ਨੇ। ਇਹ ਬਿਦ ਮੋਤੇ ਨੈ ਬਨ ਆਏ। ਮੈਂ ਤਾਂ ਨੀ ਐਸਾ ਕਰ ਸਕਦਾ ਵੀ ਜਿਹੜੇ ਮਰਜ਼ੀ ਨੂੰ ਜਾ ਕੇ ਮੱਥਾ ਟੇਕਾਂ ਤੇ ਚਲਾ ਜਾਵਾਂ, ਮੈਂ ਤਾਂ ਨੀ ਐਸਾ ਕਰ ਸਕਦਾ। ਮੱਖਣ ਸ਼ਾਹ ਕਹਿੰਦਾ ਮੈਂ ਤਾਂ ਉਸੇ ਨੂੰ ਨਮਸਕਾਰ ਕਰਾਂਗਾ ਜਿਹੜੇ ਪੂਰਨ ਨੇ ਔਰ ਉਹਨਾਂ ਦੀ ਅਮਾਨਤ ਉਹਨਾਂ ਨੂੰ ਹੀ ਅਰਪਣ ਕਰਨੀ ਹੈ। ਇਹ ਨਹੀਂ ਵੀ ਜਿਸ ਨੂੰ ਮਰਜ਼ੀ ਮੈਂ ਇਹ ਅਮਾਨਤ ਦਿਆਂ ਤੇ ਚਲਾ ਜਾਵਾਂ ਸੁਰਖਰੂ ਹੋ ਕੇ ਵੀ ਚਲੋ ਮੇਰੇ ਸਿਰੋਂ ਤਾਂ ਇਹ ਅਮਾਨਤ ਉਤਰੀ, ਐਸਾ ਮੈਂ ਨਹੀਂ ਕਰ ਸਕਾਂਗਾ। ਬਾਕੀ ਸਿੱਖ ਆਉਂਦੇ ਨੇ ਉਹ ਹਰ ਇੱਕ ਨੂੰ ਜਿਹੜੇ ਮਸੰਦ ਕਹਿੰਦੇ ਵੀ ਆਹ ਗੁਰੂ ਆ ਉਹਨੂੰ ਮੱਥਾ ਟੇਕਦੇ ਚਲੇ ਜਾਂਦੇ ਨੇ, ਪਰ ਮੇਰੇ ਕੋਲ ਇਹ ਕੰਮ ਨਹੀਂ ਹੋ ਸਕਣਾ। ਨਿਸ਼ਚੈ ਪ੍ਰਥਮ ਗੁਰੂ ਕੋ ਕਰਕੇ। ਮੈਂ ਤਾਂ ਪਹਿਲਾਂ ਜਾ ਕੇ ਨਿਸ਼ਚਾ ਕਰਾਂਗਾ ਗੁਰੂ ਕੌਣ ਹਨ, ਕੌਣ ਹਨ ਪੂਰਨ ਗੁਰੂ, ਕੌਣ ਹਨ ਉਹ ਗੁਰੂ ਜਿਨ੍ਹਾਂ ਨੇ ਮੇਰਾ ਜਹਾਜ਼ ਕਿਨਾਰੇ ਲਾਇਆ। ਪਾਇਨ ਪਾਸ ਉਪਾਇਨ ਤਰਕੈ। ਉਹਨਾਂ ਦੀਆਂ ਉਪਾਇਨ ਪਿਟਾਵਾਂ ਮੈਂ ਉਹਨਾਂ ਦੇ ਚਰਨਾਂ ਵਿੱਚ ਰੱਖਾਂਗਾ। ਸ਼੍ਰੀ ਮੁਖ ਤੇ ਸੁਣ ਬਾਤ ਉਦਾਰਾ। ਔਰ ਉਹਨਾਂ ਦੇ ਮੁਖੋਂ ਬਚਨ ਸੁਣਾਂਗਾ, ਉਹਨਾਂ ਦੇ ਮੁਖਾਰ ਬਿੰਦ ਚ ਉਪਦੇਸ਼ ਸੁਣਾਂਗਾ। ਕਰੋ ਜਨਮ ਕੋ ਸਫਲ ਵਿਚਾਰ। ਮੈਂ ਆਪਣਾ ਜਨਮ ਸਫਲਾ ਕਰਾਂਗਾ, ਮੈਂ ਆਪਣੀ ਜ਼ਿੰਦਗੀ ਸਫਲੀ ਕਰਾਂਗਾ। ਸੁਤਦਰਵ ਸਲਤਾ ਉਲੰਘ ਬਿਪਾਸਾ। ਮੱਖਣ ਸ਼ਾਹ ਇਧਰੋਂ ਦਿੱਲੀ ਵਾਲੇ ਪਾਸਿਓਂ ਆ ਰਿਹਾ ਸੀ ਤੇ ਜਾਂਦਾ ਜਾਂਦਾ ਇਹਨੇ ਸਤਲੁਜ ਦਰਿਆ ਪਹਿਲਾਂ ਪਾਰ ਕੀਤਾ।
ਪਹੁੰਚਿਓ ਜਾਏ ਬਕਾਲੇ ਪਾਸਾ। ਫਿਰ ਬਿਆਸ ਦਰਿਆ ਪਾਰ ਕਰਕੇ ਬਾਬਾ ਬਕਾਲਾ ਸਾਹਿਬ ਪਹੁੰਚਿਆ ਹੈ। ਵਹਿਰ ਗ੍ਰਾਮ ਤੇ ਕੀਨਸ ਡੇਰਾ। ਹੁਣ ਪਿੰਡ ਦੇ ਵਿੱਚ ਜਾ ਕੇ ਡੇਰਾ ਨਹੀਂ ਕੀਤਾ, ਨਾਲ 500 ਤੇ ਨੌਕਰ ਚਾਕਰ ਹੀ ਸੀ, ਫਿਰ ਨਾਲ ਸਾਜੋ ਸਮਾਨ ਗੱਡੇ ਬਲਦ ਘੋੜੇ ਕਿੰਨਾ ਕੁਝ ਹੋਵੇਗਾ। ਤੋ ਮੱਖਣ ਸ਼ਾਹ ਨੇ ਨਗਰ ਤੋਂ ਬਾਰ ਬਾਰ ਹੀ ਡੇਰਾ ਕੀਤਾ ਹੈ। ਸੋਜ ਸੰਭਾਰ ਤਰੀ ਤੇ ਸਵੇਰਾ। ਜਿੰਨਾ ਸਾਜੋ ਸਮਾਨ ਸੀ ਉਹ ਸਾਰਾ ਸੰਭਾਲ ਕੇ ਰੱਖਿਆ ਹੈ। ਸੁਨ ਕੈ ਸੁਧ ਪੀ ਸਭ ਸੋਢੀਨ। ਉਧਰ ਜਿੰਨੇ ਸੋਢੀ ਸਨ ਸਭ ਨੂੰ ਖਬਰ ਹੋਈ। ਨਿਜ ਨਿਜ ਮੁਖ ਮਨੁੱਖ ਪਠਾਵਨ ਕੀਨ। ਖਬਰ ਹੋਈ ਕਿ ਚੰਗਾ ਵੱਡਾ ਸ਼ਾਹੂਕਾਰ ਸਿੱਖ ਆਇਆ। 500 ਤਾਂ ਉਹਦੇ ਨੌਕਰ ਹੀ ਨੇ ਨਾਲ, ਏਡਾ ਵੱਡਾ ਸ਼ਾਹੂਕਾਰ ਸਿੱਖ ਹੈ, ਚੜਾਵਾ ਵੀ ਮੋਟਾ ਹੀ ਚੜਾਵੇਗਾ। ਇਹ ਲਾਲਚੀ ਸਨ, ਉਹ ਜਿੰਨੇ ਵੀ ਸੀ ਨਾ ਉੱਥੇ 22 ਮੰਜੀਆਂ ਲਾਈ ਬੈਠੇ ਸੋਢੀ, ਆਪਣੇ ਆਪਣੇ ਚੇਲੇ ਤੇ ਮਸੰਦ ਜਿਹੜੇ ਨੇ ਉਹ ਉਸ ਵੇਲੇ ਭਾਈ ਮੱਖਣ ਸ਼ਾਹ ਕੋਲ ਭੇਜਣ ਲੱਗੇ। ਭੋਜਨ ਅਨੇਕ ਪ੍ਰਕਾਰ ਪਹੁੰਚਾਏ। ਉਹ ਜਾ ਕੇ ਭਾਈ ਮੱਖਣ ਸ਼ਾਹ ਨੂੰ ਕੋਈ ਕਹਿੰਦਾ ਜੀ ਫਲਾਣੇ ਗੁਰੂ ਜੀ ਵੱਲੋਂ, ਫਲਾਣੇ ਸੋਢੀ ਸਾਹਿਬ ਜੀ ਵੱਲੋਂ ਤੁਹਾਡੇ ਕੋਲੇ ਰਸਤ ਬਸਤ ਆਈ ਹੈ, ਇਹ ਤੁਹਾਡੇ ਕੋਲ ਆਹ ਵਸਤੂ ਹਾਜ਼ਰ ਹੋਈ ਹੈ, ਲੰਗਰ ਤੁਸੀਂ ਛਕੋ। ਸਨਮਾਨੇ ਸਭ ਬੇਦਿਆਰ ਖਾਏ। ਭਾਈ ਮੱਖਣ ਸ਼ਾਹ ਹਰ ਇੱਕ ਦਾ ਸਨਮਾਨ ਕਰਦਾ, ਕਿਉਂਕਿ ਕਿਆ ਪਤਾ ਇਹਨਾਂ ਵਿੱਚੋਂ ਪੂਰਨ ਗੁਰੂ ਦਾ ਸੇਵਕ ਕੌਣ ਹੈ। ਭਾਈ ਮੱਖਣ ਸ਼ਾਹ ਨੇ ਕਿਸੇ ਦਾ ਤਿਰਸਕਾਰ ਨਹੀਂ ਕੀਤਾ, ਜਿੰਨੇ ਆਏ ਸਭ ਦਾ ਬੜਾ ਸਨਮਾਨ ਤੇ ਸਤਿਕਾਰ ਕੀਤਾ। ਨਿਜ ਨਿਜ ਦਿਸ਼ਾ ਮਸੰਦ ਮਹਾਨਾ। ਉਹਨਾਂ ਸੋਢੀਆਂ ਦੇ ਜਿੰਨੇ ਮਸੰਦ ਸਨ ਉਪਦੇਸ਼ੇ ਕਹਿ ਕਹਿ ਪਖਿਆਨ। ਉਹਨਾਂ ਨੇ ਵਾਰੀਆਂ ਬੰਨ ਲਈਆਂ ਆਪਣੀਆਂ ਆਪਣੀਆਂ, ਵਾਰੋ ਵੇਰੀ ਮੱਖਣ ਸ਼ਾਹ ਕੋਲ ਆਉਂਦੇ, ਮੱਖਣ ਸ਼ਾਹ ਨੂੰ ਉਪਦੇਸ਼ ਦਿੰਦੇ ਨੇ। ਅਜ਼ਮਤ ਮੈਂ ਪੂਰਨ ਗੁਰ ਏਈ। ਜਿਹੜੇ ਗੁਰੂ ਵੱਲੋਂ ਯਾਨੀ ਕਿ ਜਿਹੜੇ ਸੋਢੀ ਵੱਲੋਂ ਮਸੰਦ ਗਿਆ ਹੁੰਦਾ ਉਹ ਜਾ ਕੇ ਕਹਿੰਦਾ ਭਾਈ ਮੱਖਣ ਸ਼ਾਹ ਜੀ ਜਿਹੜੇ ਸਾਡੇ ਗੁਰੂ ਜੀ ਨੇ ਜਿਹਨਾਂ ਵੱਲੋਂ ਮੈਂ ਤੁਹਾਡੇ ਕੋਲ ਆਇਆ, ਇਹ ਕਰਾਮਾਤਾਂ ਵਿੱਚ ਪੂਰਨ ਇਹੀ ਨੇ, ਇਹੀ ਅਸਲ ਵਿੱਚ ਪੂਰਨ ਕਰਾਮਾਤੀ ਹਨ। ਸੋਢੀ ਵਿਅਰਥ ਨਾਮ ਨਿਜ ਲੇਹੀ। ਇਹ ਬਾਕੀ ਜਿਹੜੇ ਸੋਢੀ ਨੇ ਤਾਂ ਵਿਅਰਥ ਹੀ ਆਪਣੇ ਆਪ ਨੂੰ ਗੁਰੂ ਕਹਾ ਰਹੇ ਨੇ, ਗੁਰੂ ਹੈਣ ਨਹੀਂ, ਗੁਰੂ ਤਾਂ ਉਹ ਹੀ ਹੈ ਜਿਹਦੇ ਵੱਲੋਂ ਮੈਂ ਆਇਆ ਹਾਂ। ਅਪਰ ਆਏ ਤਿਸ ਘਾਟ ਬਤਾਵੇ। ਇੱਕ ਜਾਂਦਾ ਕਹਿ ਕੇ ਇਹਨੇ ਨੂੰ ਦੂਜਾ ਆ ਜਾਂਦਾ, ਕਹਿੰਦਾ ਜੀ ਜਿਹੜਾ ਇਹ ਆਇਆ ਸੀ ਤਾਂ ਪਖੰਡੀ ਦਾ ਚੇਲਾ ਸੀ, ਅਸਲੀ ਗੁਰੂ ਦਾ ਚੇਲਾ ਤਾਂ ਮੈਂ ਆ। ਉਹ ਆ ਕੇ ਦੱਸਦਾ ਵੀ ਸਾਡੇ ਜਿਹੜੇ ਸੋਢੀ ਸਾਹਿਬ ਨੇ ਇਹ ਨੇ ਅਸਲੀ ਗੁਰੂ। ਉਹ ਕਹਿ ਕੇ ਜਾਂਦਾ ਤੇ ਇਹਨੇ ਨੂੰ ਤੀਜਾ ਆ ਜਾਂਦਾ, ਕਹਿੰਦਾ ਜੀ ਇਹ ਤਾਂ ਪਖੰਡੀਆਂ ਦੇ ਟੋਲੇ ਨੇ, ਅਸਲੀ ਮੈਂ ਆ, ਅਸਲੀ ਗੁਰੂ ਦੇ ਚੇਲੇ ਤਾਂ ਅਸੀਂ ਆ। ਇਹਦਾ ਆ ਕੇ ਭਾਈ ਮੱਖਣ ਸ਼ਾਹ ਨੂੰ ਵਾਰੋ ਵੇਰੀ ਮਿਲਦੇ ਨੇ। ਹਮ ਜਿਸ ਟਿਗ ਸੋ ਗੁਰੂ ਅਧਿਕਾਵੇ। ਜਿਹੜਾ ਜਿਸ ਦੇ ਕੋਲ ਹੁੰਦਾ ਉਹ ਕਹਿੰਦਾ ਅਸੀਂ ਜਿਹਦੇ ਕੋਲ ਆ ਉਹੀ ਵੱਡਾ ਗੁਰੂ ਹੈ। ਪੱਠੇ ਮਸੰਦ ਅਪਰ ਸੋਢੀਨ। ਜਿੰਨੇ ਵੀ ਸੋਢੀ ਸਨ ਸਾਰਿਆਂ ਨੇ ਆਪੋ ਆਪਣੇ ਮਸੰਦ ਭੇਜੇ ਨੇ। ਨਿਜ ਨਿਜ ਦਿਸ਼ਾ ਪਰਮਾਏ ਪ੍ਰਵੀਨ। ਸਾਰੇ ਗੱਲਾਂ ਕਰ ਕਰਕੇ ਮੱਖਣ ਸ਼ਾਹ ਨੂੰ ਆਪਣੇ ਵੱਲ ਪਰਮਾਣਾ ਚਾਹੁੰਦੇ ਹਨ। ਇੱਕ ਕੋ ਕਮੀ ਬਤਾਵੇ ਦੂਜਾ। ਇੱਕ ਦੀ ਕਮੀ ਦੂਜਾ ਦੱਸ ਕੇ ਜਾਂਦਾ, ਕਹਿੰਦਾ ਜੀ ਉਹਦੇ ਵਿੱਚ ਤਾਂ ਕਮੀ ਹੈ, ਉਹਦੇ ਵਿੱਚ ਤਾਂ ਉਣਤਾਈ, ਉਹਨੇ ਤੇ ਫਲਾਣੀ ਥਾਂ ਤੇ ਆਹ ਮਾੜੀ ਕਰਤੂਤ ਕੀਤੀ ਸੀ। ਆਪ ਇੱਕ ਦੂਜੇ ਦੇ ਪਾਜ ਉਘੇੜ ਉਘੇੜ ਕੇ ਦੱਸਦੇ ਨੇ। ਜਿਤ ਚਾਹਤ ਸਭ ਨਿਜ ਨਿਜ ਪੂਜਾ। ਔਰ ਸਾਰੇ ਆਪਣੀ ਪੂਜਾ ਚਾਹੁੰਦੇ ਨੇ, ਝੂਠੀ ਪੂਜਾ ਆਪਣੀ ਕਰਾਉਣੀ ਚਾਹੁੰਦੇ ਨੇ। ਧਨ ਕੋ ਲੋਭ ਧਰੇ ਉਪਦੇਸ਼ੇ। ਮੱਖਣ ਸ਼ਾਹ ਇਹ ਤਾਂ ਪੈਸੇ ਦੇ ਲਾਲਚੀ ਨੇ, ਇਹ ਤਾਂ ਧਨ ਦੇ ਲੋਭੀ ਬਣੇ ਬੈਠੇ ਨੇ। ਹੋਏ ਹਮ ਮਨਤਾ ਦੇਸ਼ ਅਸ਼ੇਸ਼ੇ। ਇਹ ਆਪਣੀ ਮਾਨਤਾ ਚਾਹੁੰਦੇ ਨੇ ਸਾਰੇ ਦੇਸ਼ ਵਿੱਚ, ਇਹ ਸਭ ਝੂਠੇ ਨੇ। ਤੀਰ ਮਲ ਕੋ ਹੁਤੋ ਮਸੰਦ। ਸਾਰੇ ਕਹਿ ਕੇ ਚਲੇ ਗਏ। ਬਾਅਦ ਵਿੱਚ ਸਭ ਤੋਂ ਵੱਡੇ ਸੋਢੀ ਦਾ ਇੱਕ ਸਭ ਤੋਂ ਵੱਡਾ ਮਸੰਦ ਸੀ, ਜਿਹੜਾ ਸਰੀਰ ਕਰਕੇ ਵੀ ਚੰਗਾ ਰਿਸ਼ਟ ਪੁਸ਼ਟ, 1.5-2 ਕੁਇੰਟਲ ਦੇ ਨੇੜੇ ਉਹਦਾ ਸਰੀਰ ਦਾ ਵਜਨ ਹੀ ਹੋਣਾ, ਉਹ ਮਸੰਦ ਜਿਹੜਾ ਧੀਰ ਮੱਲ ਦਾ ਸੀ, ਕਿਉਂਕਿ ਇਸ ਵੇਲੇ ਧੀਰ ਮੱਲ ਦਾ ਸਭ ਤੋਂ ਵੱਡਾ ਬੋਲਬਾਲਾ ਉਹਦਾ ਹੀ ਸੀ,
ਉਹਦਾ ਜਿਹੜਾ ਚੰਗਾ ਰਿਸ਼ਟ ਪੁਸ਼ਟ ਮਸੰਦ ਸੀ ਬੜਾ ਧਨਾੜ, ਉਹਨੇ ਗਲ 'ਚ ਵੀ ਮੋਤੀਆਂ ਦੀ ਮਾਲਾ ਪਾਈ, ਪੰਜ ਸੱਤ ਹੱਥ ਵਿੱਚ ਇੱਧਰ ਮੁੰਦਰੀਆਂ ਪਾਈਆਂ ਹੋਈਆਂ, ਪੰਜ ਸੱਤ ਇੱਧਰ ਪਾਈਆਂ ਹੋਈਆਂ, ਦੋ ਤਿੰਨ ਕੜੇ ਪਾਏ ਹੋਏ ਸੋਨੇ ਦੇ ਮਸੰਦ ਨੇ ਵੀ, ਐਨ ਚੰਗੀ ਸ਼ੋ ਜੀ ਬਣਾ ਕੇ ਆਪਣੀ। ਉਹ ਆਇਆ ਭਾਈ ਮੱਖਣ ਸ਼ਾਹ ਕੋਲ, ਪੁਸ਼ਟ ਧਨਾੜ ਪ੍ਰਵੀਨ ਬਿਲੰਦ, ਪੁਸ਼ਟ ਸੀ ਮੋਟਾ ਸੀ ਸਰੀਰ ਕਰਕੇ ਤੇ ਬੜਾ ਧਨਾੜ ਸੀ, ਸੌਂਪ ਆਏ ਸਨਮਾਨ ਕਰਨਤਾ। ਧੀਰਮੱਲ ਨੇ ਕਿਹਾ ਵੀ ਬੜਾ ਵੱਡਾ ਸ਼ਾਹੂਕਾਰ ਆਇਆ ਵੀ ਜਾ ਕੇ ਕੀਲ ਕੇ ਜਿਵੇਂ ਸਪੇਰਾ ਪਾਉਂਦਾ ਨਾ ਸੱਪ ਨੂੰ ਪਟਾਰੀ ਚ, ਜਾ ਕੇ ਪਾਓ ਨੂੰ ਆਪਣੀ ਪਟਾਰੀ ਚ ਲਿਆਓ ਇੱਧਰ ਮੇਰੇ ਕੋਲ ਪ੍ਰੇਰ ਕੇ। ਇਹ ਆਇਆ ਉਸ ਵੇਲੇ ਭਾਈ ਮੱਖਣ ਸ਼ਾਹ ਕੋਲ, ਅਦਕ ਸਤੁਤੀ ਆਪਣੀ ਉਚਰੰਤਾ, ਇਹਨੇ ਪਹਿਲਾਂ ਤਾਂ ਆਪਣੀ ਉਸਤਤ ਕੀਤੀ ਧੀਰਮੱਲ ਜੀ ਵੀ ਬਾਅਦ ਵਿੱਚ, ਪਹਿਲਾਂ ਤਾਂ ਆਪਣੇ ਬਾਰੇ ਦੱਸਿਆ ਵੀ ਮੈਂ ਕੀ ਚੀਜ਼ ਆ, ਗੁਰੂ ਘਰ ਵਿੱਚ ਕਿੰਨਾ ਪੁਰਾਣਾ ਆ, ਮੈਂ ਕੀ ਕੁਝ ਵੇਖਿਆ। ਤੀਰ ਮੱਲ ਕੇ ਘਰ ਗੁਰਿਆਈ, ਫਿਰ ਬਾਅਦ ਵਿੱਚ ਆਇਆ ਬਾਬੇ ਧੀਰ ਮੱਲ ਤੇ ਕਹਿੰਦਾ ਜੀ ਗੁਰਿਆਈ ਇਸ ਵੇਲੇ ਬਾਬਾ ਧੀਰ ਮੱਲ ਜੀ ਕੋਲ ਹੈ। ਧੀਰ ਮੱਲ ਹੀ ਇਸ ਵੇਲੇ ਪੂਰਨ ਗੁਰੂ ਨੇ, ਬਾਕੀ ਤਾਂ ਇਹ ਸਾਰੇ ਓਦਾਂ ਹੀ ਬੈਠੇ ਨੇ ਪਖੰਡੀ। ਹੁਤੀ ਇਨੋ ਕੀ ਇਨਕੋ ਆਈ, ਕਿਉਂਕਿ ਗੁਰਿਆਈ ਹੈ ਹੀ ਇਹਨਾਂ ਦੀ ਸੀ ਤੇ ਇਹਨਾਂ ਕੋਲ ਹੀ ਮੁੜ ਕੇ ਆ ਗਈ ਹੈ ਧੀਰ ਮੱਲ ਕੋਲ। ਕਿਵੇਂ ਆਈ ਹੈ ਉਹ ਵੀ ਦੱਸਦਾ, ਸ਼੍ਰੀ ਗੁਰ ਹਰਗੋਬਿੰਦ ਆਨੰਦ ਲਗਾ, ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਹੋਏ ਮੱਖਣ ਸ਼ਾਹ, ਇਹ ਤਾਂ ਤੂੰ ਜਾਣਦਾ ਵੀ ਉਹ ਬੜੇ ਮਹਾਨ ਸਤਿਗੁਰੂ ਆਨੰਦ ਦਾਤੇ ਸਨ। ਗੁਰ ਦਿੱਤਾ ਸੁਤ ਤਿਨੇ ਬਿਲੰਦ, ਉਹਨਾਂ ਦਾ ਪੁੱਤਰ ਸੀ ਵੱਡਾ ਬਾਬਾ ਗੁਰਦਿੱਤਾ, ਮਹਾ ਪ੍ਰਤਾਪੀ ਅਜ਼ਮਤ ਭਾਰੀ। ਬਾਬਾ ਗੁਰਦਿੱਤਾ ਜੀ ਬੜੇ ਪ੍ਰਤਾਪੀ, ਬੜੇ ਕਰਾਮਾਤੀ, ਬੜੇ ਅਜ਼ਮਤੀ ਪੁਰਸ਼ ਸਨ। ਕਿਤ ਜੋ ਚੈਤ ਕਰਤ ਸੋ ਕਾਰੀ, ਬਾਬਾ ਗੁਰਦਿੱਤਾ ਜੀ ਜੋ ਚਿੱਤ 'ਚ ਚਾਹੁੰਦੇ ਸਨ ਉਹ ਉਹੀ ਕੰਮ ਕਰ ਦਿੰਦੇ ਸਨ। ਪਿਤ ਪ੍ਰਿਯ ਸਰਬ ਗੁਣਨ ਕੋ ਖਾਨੀ, ਉਹ ਆਪਣੇ ਪਿਤਾ ਗੁਰੂ ਹਰਗੋਬਿੰਦ ਸਾਹਿਬ ਨੂੰ ਪਿਆਰੇ ਸਨ ਔਰ ਬਾਬਾ ਗੁਰਦਿੱਤਾ ਜੀ ਸਮਸਤ ਗੁਣਾਂ ਦੀ ਖਾਨ ਸਨ। ਸੋਢੀ ਅਪਰ ਨ ਜਾਏ ਸਮਾਨੀ, ਉਸ ਵੇਲੇ ਦੇ ਜਿੰਨੇ ਸੋਢੀ ਸੀ ਉਹਨਾਂ ਸੋਢੀਆਂ ਚੋਂ ਬਾਬੇ ਗੁਰਦਿੱਤੇ ਦੇ ਸਮਾਨ ਕੋਈ ਦੂਜਾ ਸੋਢੀ ਨਹੀਂ ਸੀ। ਇੱਕ ਵਾਰ ਇੱਕ ਮ੍ਰਿਤਕ ਬਿਲੋਕ, ਇੱਕ ਵਾਰ ਬਾਬਾ ਗੁਰਦਿੱਤਾ ਜੀ ਨੇ ਇੱਕ ਮੁਰਦਾ ਵੇਖਿਆ, ਇੱਕ ਮ੍ਰਿਤਕ ਵੇਖਿਆ। ਦਿਓ ਜੀਵਾਏ ਸੁਕੀਨ ਅਸ਼ੋਕ, ਉਹਨੂੰ ਬਾਬਾ ਜੀ ਨੇ ਜੀਵਨ ਦਾਨ ਦੇ ਦਿੱਤਾ, ਮਰੇ ਦੇ ਵਿੱਚ ਜੀਵਨ ਪਾ ਦਿੱਤਾ। ਸੁਣ ਕਰ ਪਿਤ ਗੁਰ ਵਰਜਨ ਕੀ ਨਸ, ਸੁਣ ਕੇ ਪਿਤਾ ਜੀ ਨੇ ਉਹਨਾਂ ਨੂੰ ਵਰਜ ਦਿੱਤਾ ਵੀ ਗੁਰਦਿੱਤਾ ਜੀ ਏਦਾਂ ਮਰਿਆਂ ਨੂੰ ਜਿਉਂਦੇ ਨਹੀਂ ਕਰੀਦਾ। ਹਾਲਾਂਕਿ ਬਾਬਾ ਗੁਰਦਿੱਤਾ ਜੀ ਨੇ ਕਿਸੇ ਬੰਦੇ ਨੂੰ ਜਿਉਂਦਾ ਨਹੀਂ ਸੀ ਕੀਤਾ, ਉਹਨਾਂ ਦੇ ਗਊ ਜਿਉਂਦੀ ਕੀਤੀ ਸੀ ਮਰੀ ਹੋਈ, ਉਹ ਪਿੱਛੇ ਕਥਾ ਆਪ ਜੀ ਨੇ ਸੁਣੀ ਹੈ। ਕਹਿਣ ਲੱਗੇ ਜੀ ਉਹਨਾਂ ਨੇ ਬੰਦਾ ਜਿਉਂਦਾ ਕਰ ਦਿੱਤਾ ਸੀ, ਗੁਰੂ ਹਰਗੋਬਿੰਦ ਸਾਹਿਬ ਨੇ ਉਹਨਾਂ ਨੂੰ ਰੋਕਿਆ ਵੀ ਏਦਾਂ ਨਹੀਂ ਕਰੀਦਾ। ਇਮਨੇ ਕਰੋ ਪ੍ਰਭੂ ਗਤ ਚੀਨਸ, ਰੱਬ ਦੀ ਇਹ ਮਰਜ਼ੀ ਆ, ਉਹਨੇ ਮਾਰਿਆ ਸੀ ਤੇ ਆਪਾਂ ਜਿਉਂਦਾ ਨਹੀਂ ਕਰਨਾ। ਕਿਤਕ ਕਾਲ ਪੁਨ ਬੀਤ ਗਏ, ਇਸੇ ਤਰ੍ਹਾਂ ਕੁਝ ਸਮਾਂ ਬੀਤ ਗਿਆ। ਬ੍ਰਿਤ ਅਖੇਰੇ ਚੀਤ ਦੇਹੋ ਐ, ਬਾਬਾ ਗੁਰਦਿੱਤਾ ਜੀ ਨੂੰ ਸ਼ਿਕਾਰ ਖੇਡਣ ਦਾ ਸ਼ੌਂਕ ਸੀ, ਉਹ ਸ਼ਿਕਾਰ ਖੇਡਣ ਲਈ ਗਏ। ਅਨਕ ਕਾਮਨਾ ਪੂਰਨ ਕਰੇ, ਉਹ ਅਨੇਕਾਂ ਸਿੱਖਾਂ ਦੀਆਂ ਕਾਮਨਾਵਾਂ ਪੂਰਨ ਕਰਦੇ ਨੇ। ਦਰਸ਼ਨ ਦੇ ਦੇ ਸਿੱਖ ਉਧਰੇ, ਔਰ ਉਹ ਦਰਸ਼ਨ ਦੇ ਦੇ ਕੇ ਅਨੇਕਾਂ ਸਿੱਖਾਂ ਨੂੰ ਉਧਾਰਦੇ ਨੇ। ਗੁਰਤਾ ਉਚਿਤ ਜਗੁਣ ਸਾਰੇ, ਗੁਰਤਾ ਗੱਦੀ ਦੇ ਜਿੰਨੇ ਉਚਿਤ ਗੁਣ ਨੇ ਉਹ ਸਾਰੇ ਬਾਬਾ ਗੁਰਦਿੱਤਾ ਜੀ ਵਿੱਚ ਸਨ। ਸਭ ਪਈਅਤ ਜਿਨ ਕੇਰ ਮਜਾਰੇ, ਔਰ ਸਾਰੇ ਹੀ ਗੁਣ ਬਾਬਾ ਗੁਰਦਿੱਤਾ ਜੀ ਦੇ ਵਿੱਚ ਸਨ। ਸਿੱਖ ਸਮੂਹ ਦਰਸ ਬੇ ਆਵੇ, ਬਹੁਤ ਸਾਰੀ ਸਿੱਖ ਸੰਗਤ ਉਹਨਾਂ ਦੇ ਦਰਸ਼ਨਾਂ ਨੂੰ ਆਉਂਦੀ ਸੀ। ਕਰੇ ਕਾਮਨਾ ਬਾਂਛਤ ਪਾਵੇ, ਔਰ ਬਾਬੇ ਗੁਰਦਿੱਤੇ ਕੋਲ ਆ ਕੇ ਜਿਹੜੀ ਕਾਮਨਾ ਕਰਦੇ ਸੀ ਉਹ ਲੋਕਾਂ ਦੀ ਪੂਰੀ ਹੁੰਦੀ ਸੀ। ਸਭ ਇਨ ਵਿਖੇ ਪਾਏ ਸਭ ਲਾਇਕ, ਬਾਬਾ ਗੁਰਦਿੱਤਾ ਜੀ ਸਾਰੀ ਸਿੱਖ ਸੰਗਤ ਵਿੱਚ ਸਰਵ ਪ੍ਰਕਾਰ ਲਾਇਕ ਸਿੱਧ ਹੋਏ। ਮਸਤਕ ਦੀਪਤ ਜੋਤ ਸੁਭਾਇਕ, ਉਹਨਾਂ ਦੇ ਮੱਥੇ ਤੇ ਜੋਤ ਜਗਦੀ ਸੀ ਮੱਖਣ ਸ਼ਾਹ, ਉਹਨਾਂ ਦੇ ਚਿਹਰੇ ਤੇ ਕ੍ਰਾਂਤੀ ਸੀ। ਇੱਕ ਦਿਨ ਵਿਚਰਤ ਕਰਤੇ ਅਖੇਰਾ, ਇੱਕ ਦਿਨ ਉਹ
शिकार खेड रहे सन तेनू मरी परी को हेरा उना ने एक मरी हुई गां पई वेखी होती सप्तशा सुंदर कनी उस गऊ दा एक बच्छा सी ओ लागे उस गऊ दे खड़ा होया सी देखत दृष्ट कृपा सो सनी ते बाबा जी दे मन च तरस आ गया भी बच्छे दी गऊ जेड़ी इहदी मां मर गई है ਇਹ ਕਿਹਦਾ ਦੁੱਧ ਪੀ ਕੇ ਜੀ ਹਾਲਾਂਕਿ ਗਊ ਤਾਂ ਇੱਕ ਸੇਵਾਦਾਰ ਕੋਲ ਗੋਲੀ ਨਾਲ ਵੱਜੀ ਸੀ ਨਾ ਮਸੰਦਾਂ ਨੂੰ ਇਤਿਹਾਸ ਵੀ ਨਹੀਂ ਸੀ ਪਤਾ ਪਰ ਸੋਭਾ ਕਰਨ ਵਾਸਤੇ ਧੀਰਮਲ ਦੀ ਕਿਉਂਕਿ ਬਾਬਾ ਗੁਰਦਿੱਤਾ ਜੀ ਦਾ ਪੁੱਤਰ ਸੀ ਧੀਰਮਲ ਤੋ ਧੀਰਮਲ ਨੂੰ ਸ੍ਰੇਸ਼ਟ ਦੱਸਣਾ ਤੇ ਉਹਦੇ ਲਈ ਇਹ ਸਾਰੀਆਂ ਗੱਲਾਂ ਕਹਿ ਰਹੇ ਨੇ ਕਹਿਣ ਲੱਗੇ ਜੀ ਬਾਬਾ ਗੁਰਦਿੱਤਾ ਜੀ ਨੇ ਜਦੋਂ ਵੇਖਿਆ ਵੀ ਉਹ ਵੱਛਾ ਜਿਹੜਾ ਆਪਣੀ ਮਰੀ ਹੋਈ ਗਾਂ ਮਾਂ ਦੇ ਕੋਲ ਖਲੋਤਾ ਨਿਜ ਦਾਸ ਸੋ ਗਿਰਾ ਉਚਾਰੀ ਬਾਬਾ ਜੀ ਨੇ ਉਸ ਵੇਲੇ ਆਪਣੇ ਸੇਵਾਦਾਰ ਨੂੰ ਹੁਕਮ ਕੀਤਾ ਵਾਹਿਗੁਰੂ ਕਹਿ ਛਿੜਕੋ ਬਾਰੀ ਵਾਹਿਗੁਰੂ ਕਹਿ ਕਿਸ ਗਊ ਦੇ ਉੱਤੇ ਪਾਣੀ ਦਾ ਛਿੱਟਾ ਮਾਰੋ ਅਲਪ ਸਪਤਸ਼ਾ ਦੇਹੋ ਜੀਵਾਏ ਇਹਦਾ ਹਾਲੇ ਵੱਛਾ ਛੋਟਾ ਇਸ ਗਊ ਨੂੰ ਜਿਉਂਦਾ ਕਰ ਦਿਓ ਸੁਨ ਸੇਵਕ ਕੀ ਨਸ ਤੇ ਸਪਾਏ ਬਾਬਾ ਜੀ ਦਾ ਬਚਨ ਸੇਵਾਦਾਰ ਨੇ ਸੁਣਿਆ ਉਸੇ ਤਰ੍ਹਾਂ ਕੀਤਾ ਜਿਵੇਂ ਕਿਹਾ ਬੋਲਤ ਉੱਠੀ ਤੇਨ ਤਤਕਾਲਾ ਐ ਮੱਖਣ ਸ਼ਾਹ ਜਦੋਂ ਪਾਣੀ ਦਾ ਛਿੱਟਾ ਮਾਰਿਆ ਤੇ ਉਹ ਗਊ ਜਿਉਂਦੀ ਹੋ ਕੇ ਉੱਠ ਗਈ ਤਨ ਤਨ ਸਭ ਕਹਿ ਤਿਸ ਕਾਲਾ ਉਦੋਂ ਸਭ ਨੇ ਆਖਿਆ ਧੰਨ ਬਾਬਾ ਗੁਰਦਿੱਤਾ ਧੰਨ ਬਾਬਾ ਗੁਰਦਿੱਤਾ ਹਰ ਗੋਬਿੰਦ ਗੁਰੂ ਸੁਣ ਬਾਤ ਇਹ ਗੱਲ ਜਦੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸੁਣੀ ਕਿ ਬਾਬਾ ਗੁਰਦਿੱਤਾ ਜੀ ਨੇ ਮਰੀ ਗਊ ਜਿਉਂਦੀ ਕੀਤੀ ਹੈ ਕੀ ਨਸ ਨਿਕਟੇ ਹਕਾਰਨ ਤਾਤ ਆਪਣੇ ਪੁੱਤਰ ਨੂੰ ਉਸ ਵੇਲੇ ਉਹਨਾਂ ਨੇ ਆਪਣੇ ਕੋਲ ਬੁਲਾਇਆ ਕਹਿਓ ਤੁਮੇ ਇਹ ਰੀਤ ਨਿਆਚੀ ਆਖਿਆ ਜੀ ਤੁਸੀਂ ਇਹ ਚੰਗਾ ਨਹੀਂ ਕੀਤਾ ਤੁਸੀਂ ਇਹ ਸਹੀ ਨਹੀਂ ਕੀਤਾ ਪਰ ਜੇ ਉਹ ਤੋਂ ਸਿਮਰ ਗਤ ਪਾਚੀ ਮੈਂ ਤੁਹਾਨੂੰ ਪਹਿਲਾਂ ਵੀ ਵਰਜਿਆ ਸੀ ਵੀ ਤੁਸੀਂ ਇੱਕ ਮੁਰਦਾ ਜਿਉਂਦਾ ਕੀਤਾ ਤੁਸੀਂ ਫਿਰ ਵੀ ਵਰਜੇ ਹੋਏ ਨਹੀਂ ਰਹੇ ਇਹ ਰਹਿ ਬੇਕੀ ਰੀਤ ਨਾ ਹੋਈ ਬਾਬਾ ਗੁਰਦਿੱਤਾ ਜੀ ਤੁਹਾਡੀ ਇਹ ਸੰਸਾਰ ਵਿੱਚ ਰਹਿਣ ਵਾਲੀ ਰੀਤ ਨਹੀਂ ਹੈ ਇਹ ਤੁਹਾਡੇ ਰਹਿਣ ਵਾਲੇ ਕੰਮ ਨਹੀਂ ਹਨ ਜਨਮ ਮਰਨ ਜਗ ਕੋ ਨਿਤ ਹੋਈ ਇਹ ਜਗਤ ਵਿੱਚ ਰੋਜ਼ ਜੀਵ ਜੰਮਦੇ ਨੇ ਰੋਜ਼ ਸੈਂਕੜੇ ਜੀਵ ਮਰਦੇ ਨੇ ਤੁਮਨੇ ਸਕਲ ਥਾਨ ਹਿਮ ਕਰਨੀ ਤੁਸੀਂ ਦੱਸੋ ਵੀ ਜਿੱਥੇ ਮਰਿਆ ਕਰਨਗੇ ਜੀਵ ਉਹਨਾਂ ਨੂੰ ਰੋਜ਼ ਜਿਉਂਦੇ ਕਰਿਆ ਕਰੋਗੇ ਕਿਹਨੂੰ ਕਿਹਨੂੰ ਜਿਉਂਦਾ ਕਰਿਆ ਕਰੋਗੇ ਪਰਮੇਸ਼ਰ ਦਿਸ਼ ਸ਼ੁਭ ਨੈ ਬਰਨੀ ਇਹ ਰੱਬ ਦੇ ਘਰ ਦੀ ਮਰਿਆਦਾ ਨਹੀਂ ਹੈ ਸਹੀ ਨਹੀਂ ਹੈ ਪਰਮੇਸ਼ਰ ਮਾਰਿਆ ਕਰੇਗਾ ਤੁਸੀਂ ਜਵਾਇਆ ਕਰੋਗੇ ਏਦਾਂ ਤਾਂ ਰੱਬ ਦੇ ਸ਼ਰੀਕ ਬਣ ਜਾਓਗੇ ਗੁਰੂ ਪਿਤਾ ਤੇ ਸੁਣ ਕਰ ਚਾਲੇ ਜਦੋਂ ਬਾਬਾ ਗੁਰਦਿੱਤਾ ਜੀ ਨੇ ਗੁਰੂ ਪਿਤਾ ਜੀ ਦੇ ਮੁਖੋਂ ਇਹ ਬਚਨ ਸੁਣੇ ਤੇ ਉਸੇ ਵੇਲੇ ਚੁੱਪ ਚਾਪ ਉੱਥੋਂ ਚਲੇ ਗਏ ਮਿਲੇ ਨਾ ਬੋਲਣ ਕੀ ਕਿਸ ਨਾਲੇ ਕਿਸੇ ਨਾਲ ਮਿਲੇ ਨਹੀਂ ਕਿਸੇ ਨਾਲ ਉਹਨਾਂ ਨੇ ਕੋਈ ਗੱਲਬਾਤ ਨਹੀਂ ਕੀਤੀ ਤਜਿਓ ਸ਼ਰੀਰ ਹੋਏ ਏਕਾਂਤ ਔਰ ਇੱਕ ਪਹਾੜ ਦੇ ਸਿਖਰ ਤੇ ਜਾ ਕੇ ਬੜੇ ਸ਼ਾਂਤ ਹੋ ਕੇ ਉਹਨਾਂ ਨੇ ਆਪਣਾ ਸਰੀਰ ਤਿਆਗ ਦਿੱਤਾ ਸਤਿਗੁਰ ਪਿਤ ਕੀ ਮਾਨੀ ਬਾਤ ਔਰ ਆਪਣੇ ਸਤਿਗੁਰੂ ਪਿਤਾ ਜੀ ਦੀ ਗੱਲ ਮੰਨ ਲਈ ਔਰ ਉਹਨਾਂ ਦਾ ਬਚਨ ਮੰਨ ਕੇ ਆਪਣੇ ਸਰੀਰ ਨੂੰ ਤਿਆਗਿਆ ਬਾਬਾ ਗੁਰਦਿੱਤਾ ਜੀ ਐਸੇ ਮਹਾਂਪੁਰਸ਼ ਸਨ ਅਬਲੋ ਤਿੰਨ ਕੋ ਜੋ ਇਸ ਥਾਨ ਐ ਮੱਖਣ ਸ਼ਾਹ ਉਹਨਾਂ ਦਾ ਜਿਹੜਾ ਸਥਾਨ ਹੈ ਨਾ ਜਿੱਥੇ ਉਹਨਾਂ ਨੇ ਸਰੀਰ ਤਿਆਗਿਆ ਉਹ ਹਾਲੇ ਵੀ ਕੀਰਤਪੁਰ ਸਾਹਿਬ ਦੇ ਅੰਦਰ ਹੈ ਕਰੇ ਆਰਾਧਨ ਬਾਛਾ ਠਾਨ ਉੱਥੇ ਛੇਵੇਂ ਪਾਤਸ਼ਾਹ ਨੇ ਬਚਨ ਵੀ ਕੀਤਾ ਸੀ ਬਾਬਾ ਗੁਰਦਿੱਤਾ ਦੇਨ ਦੁਨੀ ਦਾ ਟਿੱਕਾ ਜੋ ਵਰ ਮੰਗਿਆ ਸੋਵਰ ਦਿੱਤਾ ਉੱਥੇ ਅੱਜ ਵੀ ਜਿਹੜੇ ਹਾਜ਼ਰੀਆਂ ਭਰਦੇ ਨੇ ਉਹਨਾਂ ਨੂੰ ਵਰ ਪ੍ਰਾਪਤ ਹੁੰਦੇ ਨੇ ਕਰਹੀ ਪੂਰਨ ਸੋ ਤਤਕਾਲਾ ਜੋ ਕੋਈ ਮਨ ਬਾਛਾ ਲੈ ਕੇ ਉੱਥੇ ਜਾਂਦਾ ਉਹਨਾਂ ਦੀਆਂ ਕਾਮਨਾਵਾਂ ਬਾਬਾ ਜੀ ਅੱਜ ਵੀ ਪੂਰੀਆਂ ਕਰਦੇ ਨੇ ਹਿਮ ਗੁਰ ਦਿੱਤਾ ਭਇਓ ਵਿਸਾਲਾ ਇਹ ਤਾਂ ਬਾਬਾ ਗੁਰਦਿੱਤਾ ਜੀ ਬੜੇ ਵਿਸ਼ਾਲ ਮਹਾਂਪੁਰਸ਼ ਹੋਏ ਉਹਨਾਂ ਨੇ ਗੁਰੂ ਬਣਨਾ ਸੀ ਜੋ ਸਰੀਰ ਕਰਕੇ ਰਹਿੰਦੇ ਤਿੰਨ ਤੇ ਸੁਤੋ ਪਜੇ ਸ਼ੁਭ ਦੋਏ ਬਾਬਾ ਗੁਰਦਿੱਤਾ ਜੀ ਦੇ ਗ੍ਰਹਿ ਵਿਖੇ ਦੋ ਪੁੱਤਰਾਂ ਨੇ ਜਨਮ ਲਿਆ ਜਿਹੜੇ ਬੜੇ ਮਹਾਨ ਹਨ ਗੁਰੂ ਹਰ ਰਾਏ ਧੀਰ ਮਲ ਸੋਏ ਇੱਕ ਗੁਰੂ ਹਰ ਰਾਏ ਸਾਹਿਬ ਜੀ ਤੇ ਦੂਜੇ ਜਿਨ੍ਹਾਂ ਵੱਲੋਂ ਮੈਂ ਤੁਹਾਡੇ ਕੋਲ ਆਇਆ
ਸਾਡੇ ਇਸ ਵੇਲੇ ਦੇ ਜਿਹੜੇ ਗੁਰੂ ਨੇ ਬਾਬਾ ਧੀਰ ਮੱਲ ਜੀ, ਉਹ ਬਾਬਾ ਗੁਰਦਿੱਤਾ ਜੀ ਦੇ ਸਪੁੱਤਰ ਹਨ। ਸ਼੍ਰੀ ਗੁਰ ਹਰਗੋਬਿੰਦ ਵਿਚਾਰੀ, ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਸ ਵੇਲੇ ਵਿਚਾਰ ਕੀਤੀ, ਗੁਰਤਾ ਦਈ ਨਾ ਪੁੱਤਰ ਨਚਾਰੀ, ਉਹਨਾਂ ਨੇ ਆਪਣੇ ਬਾਕੀ ਪੁੱਤਰਾਂ ਨੂੰ ਗੁਰਿਆਈ ਨਹੀਂ ਦਿੱਤੀ, ਉਹਨਾਂ ਨੂੰ ਗੁਰਿਆਈ ਨਹੀਂ ਦੇ ਕੇ ਨਿਵਾਜਿਆ। ਲਾਇਕ ਸੁਤ ਕੋ ਪੁੱਤਰ ਵਿਚਾਰੇ, ਉਸ ਵੇਲੇ ਆਪਣੇ ਪੁੱਤਰ ਦੇ ਪੁੱਤਰ ਨੂੰ ਲਾਇਕ ਵੇਖਿਆ ਗੁਰੂ ਹਰਿਰਾਏ ਸਾਹਿਬ ਨੂੰ ਕਿ ਇਹੀ ਗੁਰਿਆਈ ਦੇ ਯੋਗ ਹਨ। ਉਹ ਵੀ ਤੈਨੂੰ ਦੱਸਦੇ ਆ ਵੀ ਕਿਵੇਂ ਪਰਖਿਆ ਉਹਨਾਂ ਨੇ। ਹਰੀ ਰਾਏ ਨਿਜ ਥਲ ਬੈਠਾ ਰੇ, ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੀ ਜਗ੍ਹਾ ਤੇ ਸ਼੍ਰੀ ਗੁਰੂ ਹਰਿਰਾਏ ਸਾਹਿਬ ਜੀ ਨੂੰ ਬਿਠਾਇਆ। ਪੁੱਤਰ ਪ੍ਰਬੀਨ ਸਕਲ ਗੁਣ ਭਾਰੀ, ਵੇਖਿਆ ਗੁਰੂ ਹਰਗੋਬਿੰਦ ਸਾਹਿਬ ਨੇ ਵੀ ਸਾਡੇ ਪੋਤਰੇ ਚ ਸਾਰੇ ਗੁਣ ਨੇ, ਇਹ ਸਰਵ ਗੁਣਾ ਸਹਿਤ ਸੰਪੰਨ ਹਨ, ਪ੍ਰਬੀਨ ਹਨ। ਲਖ ਨਿਜ ਆਇਸ ਕੇ ਅਨੁਸਾਰੀ, ਔਰ ਇਹ ਵੀ ਵੇਖਿਆ ਕਿ ਬਾਬਾ ਗੁਰਦਿੱਤਾ ਜੀ ਦੇ ਸਾਹਿਬਜ਼ਾਦੇ ਗੁਰੂ ਹਰਿਰਾਏ ਸਾਹਿਬ ਇਹ ਮੇਰੀ ਆਗਿਆ ਦੇ ਅਨੁਸਾਰੀ ਹਨ। ਸ਼੍ਰੀ ਗੁਰ ਹਰਗੋਬਿੰਦ ਦਿਨ ਏਕ, ਉਹ ਵੀ ਤੈਨੂੰ ਪ੍ਰਸੰਗ ਸੁਣਾਉਂਦੇ ਆ ਕਿ ਕਿਵੇਂ ਪਰਖ ਕੀਤੀ। ਇੱਕ ਦਿਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸ੍ਰੀ ਕੀਰਤਪੁਰ ਸਾਹਿਬ ਵਿਖੇ ਇੱਕ ਬਗੀਚੇ ਚ ਟਹਿਲ ਰਹੇ ਸਨ। ਗਏ ਬਾਗ ਮੈਂ ਸਹਿਤ ਬਵੇਕ, ਪਾਤਸ਼ਾਹ ਦਾ ਬੜਾ ਸੁੰਦਰ ਬਗੀਚਾ ਸੀ ਛੇਵੇਂ ਪਾਤਸ਼ਾਹ ਦਾ, ਉਸ ਬਾਗ ਦੇ ਵਿੱਚ ਮਹਾਰਾਜ ਜੀ ਸੈਰ ਕਰ ਰਹੇ ਸਨ। ਕਰਤ ਸੈਲ ਫਲਨ ਕੀ ਜਾਤੇ, ਬੜੇ ਆਨੰਦ ਨਾਲ ਮਹਾਰਾਜ ਜੀ ਸਹਿਜੇ ਸਹਿਜੇ ਟੁਰੇ ਜਾਂਦੇ ਬਗੀਚੇ ਨੂੰ ਵੇਖਦਿਆਂ। ਖਿਰੇ ਅਨੇਕ ਰੰਗ ਦਰਸਾਤੇ, ਕਈ ਰੰਗਾਂ ਦੇ ਫੁੱਲ ਉਸ ਬਗੀਚੇ ਚ ਖਿੜੇ ਹੋਏ ਸਨ, ਸਰਬ ਥਾਈ ਖਿੜੇ ਹੋਏ ਫੁੱਲ ਦਿਸਦੇ ਸਨ। ਉਪਬਨ ਵਿਖੇ ਬਿਰਾਜੇ ਜਾਏ, ਉਸ ਬਾਗ ਵਿੱਚ ਮਹਾਰਾਜ ਜੀ ਜਾ ਕੇ ਬਿਰਾਜਮਾਨ ਹੋਏ। ਸੰਤ ਪਿਤਾਮੇ ਸ਼੍ਰੀ ਹਰਿਰਾਏ, ਔਰ ਆਪਣੇ ਪਿਤਾਮਾ ਨੂੰ ਉੱਥੇ ਜਾਣਦਿਆਂ ਹੋਇਆਂ ਉਹਨਾਂ ਦੇ ਪੋਤਰੇ ਯਾਨੀ ਕਿ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਗਏ ਤਾਂ ਕੋ ਕੁਛ ਕ ਪਿਛਾਰੀ, ਥੋੜੇ ਜੇ ਬਾਅਦ ਵਿੱਚ ਉੱਥੋਂ ਗਏ ਬਾਗ ਦੇ ਵਿੱਚ ਉਹਨਾਂ ਦੇ ਪਿੱਛੇ ਸੇਵਕ ਕਿਤਕ ਸਿੱਖ ਸੰਘਾਰੀ, ਗੁਰੂ ਹਰਿਰਾਏ ਸਾਹਿਬ ਜੀ ਦੇ ਨਾਲ ਵੀ ਕੁਝ ਸੇਵਕ ਸਿੱਖ ਸਨ। ਘਰ ਮੈਂ ਜਾਮਾ ਜੈ ਸੋ ਪਾਲੇ, ਸਤਵੇਂ ਪਾਤਸ਼ਾਹ ਜੀ ਦੇ ਸਰੀਰ ਤੇ ਜਿਹੜਾ ਚੋਲਾ ਪਹਿਨਿਆ ਸੀ ਉਹਦੀਆਂ ਸੋ ਕਲੀਆਂ ਸੋ ਪੱਲੇ ਸਨ। ਸੂਖਮ ਵਸਤਰ ਸ਼ੁਭਤ ਜਬ ਚਾਲੇ, ਬੜਾ ਸੂਖਮ ਧਾਗੇ ਦਾ ਬਰੀਕ ਧਾਗੇ ਦਾ ਬਣਿਆ ਹੋਇਆ ਚੋਲਾ ਸੀ ਉਹ ਮਹਾਰਾਜ ਜੀ ਨੇ ਪਹਿਨਿਆ ਤੇ ਟੁਰੇ ਜਾ ਰਹੇ ਸੀ। ਮਗ ਕੇ ਨਿਕਟ ਕੁਸਮ ਇੱਕ ਖਰੋ, ਰਸਤੇ ਦੇ ਨਾਲ ਹੀ ਇੱਕ ਫੁੱਲ ਖਿੜਿਆ ਹੋਇਆ ਸੀ, ਸੁੰਦਰ ਰੰਗ ਭੋਰ ਕੋ ਖਿਰੋ, ਔਰ ਕਹਿੰਦੇ ਸਵੇਰੇ ਹੀ ਅੱਜ ਖਿੜਿਆ ਉਹ ਫੁੱਲ ਤੇ ਬੜਾ ਹੀ ਸੁੰਦਰ ਰੰਗ ਵਾਲਾ ਹੈ। ਜਾਮੇ ਸੰਗ ਅਟਕ ਸੋ ਟੂਟਾ, ਫੁੱਲ ਸਤਵੇਂ ਪਾਤਸ਼ਾਹ ਦੇ ਚੋਲੇ ਨਾਲ ਅਟਕ ਕੇ ਟੁੱਟ ਗਿਆ। ਬਿਨਾ ਕੁਸਮ ਤੇ ਰਹਿਓ ਸੋ ਬੂਟਾ, ਬੂਟੇ ਤੇ ਕੋਈ ਫੁੱਲ ਸੀ ਉਹ ਬਿਨਾ ਫੁੱਲ ਤੋਂ ਬੂਟਾ ਜਿਹੜਾ ਸੀ ਉਹ ਲਾਣਾ ਜਿਹਾ ਲੱਗਣ ਲੱਗਾ। ਮਿਲੇ ਪਿਤਾ ਮੇ ਸੋ ਪੁੰਨ ਆਏ, ਇਹਨੇ ਨੂੰ ਚੱਲ ਕੇ ਆਪਣੇ ਦਾਦਾ ਜੀ ਗੁਰੂ ਹਰਗੋਬਿੰਦ ਸਾਹਿਬ ਨੂੰ ਆ ਕੇ ਗੁਰੂ ਹਰਿਰਾਏ ਸਾਹਿਬ ਜੀ ਮਿਲੇ। ਟੁੱਟ ਗਯੋ ਸੁਮਨਸ ਜਿਸ ਥਾਏ, ਤੇ ਜਿਸ ਜਗ੍ਹਾ ਤੇ ਉਹ ਫੁੱਲ ਟੁੱਟਿਆ ਸੀ ਚੋਲੇ ਨਾਲ ਅਟਕ ਕੇ, ਸ਼੍ਰੀ ਗੁਰ ਹਰਗੋਬਿੰਦ ਨਿਹਾਰਾ, ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਵੇਖਿਆ। ਸਭ ਇਨ ਸੋ ਇਮ ਬਾਕੀ ਉਚਾਰਾ, ਸਭ ਨੂੰ ਉਸ ਵੇਲੇ ਬਚਨ ਕਿਹਾ, ਇਹਾਂ ਹੁਤੋ ਇੱਕ ਫੂਲ ਵਿਸਾਲਾ, ਮਹਾਰਾਜ ਜੀ ਕਹਿਣ ਲੱਗੇ ਵੀ ਇੱਥੇ ਆ ਫੁੱਲ ਸੀ ਭਾਈ ਇੱਕ, ਕਿਸਨੇ ਤੋੜ ਲੀਨ ਇਸ ਕਾਲਾ, ਫੁੱਲ ਕਿਹਨੇ ਤੋੜਿਆ ਇਸ ਵੇਲੇ, ਦਾਸਨ ਪੰਨਿਓ ਬੰਦ ਜੁਗ ਹਾਥਾ, ਕਿਵੇਂ ਪਾਤਸ਼ਾਹ ਦੇ ਬਚਨ ਸੁਣ ਕੇ ਸੇਵਾਦਾਰਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ, ਸ਼੍ਰੀ ਹਰਿਰਾਏ ਵਸਤਰ ਕੇ ਸਾਥਾ, ਔਰ ਆਖਿਆ ਜੀ ਗੁਰੂ ਹਰਿਰਾਏ ਸਾਹਿਬ ਜੀ ਦੇ ਚੋਲੇ ਦੇ ਨਾਲ ਅਟਕ ਕੇ ਉਹ ਫੁੱਲ ਟੁੱਟਾ ਹੈ, ਉੱਡਿਓ ਬਾਯੂ ਤੇ ਲਾਗ ਸੋ ਟੂਟਾ, ਕਿਉਂਕਿ ਚੋਲਾ ਹਵਾ ਨਾਲ ਉੱਡਿਆ ਇਕਦਮ ਜਦੋਂ ਕਾਹਲੀ ਨਾਲ ਟੁਰਦੇ ਸੀ ਤੇ ਚੋਲੇ ਨਾਲ ਕਿਤੇ ਅਟਕ ਕੇ ਉਹ ਫੁੱਲ ਟੁੱਟਿਆ ਹੈ, ਨਹੀਂ ਅਪਰ ਤੇ ਜਾਣਿਓ ਟੂਟਾ, ਹੋਰ ਨਹੀਂ ਕਿਸੇ ਕੋਲੇ ਫੁੱਲ ਟੁੱਟਿਆ ਤੇ ਨਾ ਹੀ ਕਿਸੇ ਨੇ ਜਾਣ ਬੁੱਝ ਕੇ ਤੋੜਿਆ ਹੈ। ਸੁਨ ਗੁਰ ਸ਼੍ਰੀ ਮੁਖ ਤੇ ਫੁਰਮਾਇਓ, ਧੰਨ ਗੁਰੂ ਹਰਗੋਬਿੰਦ ਸਾਹਿਬ
ਛੇਵੇਂ ਪਾਤਸ਼ਾਹ ਜੀ ਬੋਲੇ ਕਹਿਣ ਲੱਗੇ ਜਿਨੋ ਬਸਤਰੇ ਤੋਂ ਗਰ ਪਾਇਓ, ਕਹਿਣ ਲੱਗੇ ਜਿਨ੍ਹਾਂ ਨੇ ਏਡਾ ਵੱਡਾ ਚੋਲਾ ਆਪਣੇ ਸਰੀਰ ਤੇ ਪਹਿਨਿਆ ਸੋ ਸੰਭਾਰ ਕੇ ਕਿਉਂ ਨੇ ਚੱਲ ਹੈ। ਉਹਨਾਂ ਨੂੰ ਚਾਹੀਦਾ ਕਿ ਇੰਨਾ ਲੰਮਾ ਚੋਲਾ ਪਹਿਨਿਆ ਤੇ ਫਿਰ ਉਹਨੂੰ ਸੰਭਾਲ ਕੇ ਚੱਲਿਆ ਕਰਨ। ਕਿਤੇ ਉਤ ਬਾਯੂ ਤੇ ਜੋ ਹਲ ਹੈ, ਜਿਹੜਾ ਹਵਾ ਨਾਲ ਇੱਧਰ ਉੱਧਰ ਖਿਲਰਦਾ ਫਿਰਦਾ ਚੋਲਾ ਨੂੰ ਇਕੱਠਿਆਂ ਕਰਕੇ ਇਹਨਾਂ ਨੂੰ ਚੱਲਣਾ ਚਾਹੀਦਾ ਹੈ। ਤਬ ਤੇ ਸ਼੍ਰੀ ਹਰ ਰਾਏ ਸੁਮਾਨ, ਐ ਮੱਖਣ ਸ਼ਾਹ, ਜਦੋਂ ਦਾ ਸਤਿਗੁਰੂ ਛੇਵੇਂ ਪਾਤਸ਼ਾਹ ਨੇ ਬਚਨ ਕੀਤਾ ਉਸੇ ਦਿਨ ਤੋਂ ਗੁਰੂ ਹਰ ਰਾਏ ਸਾਹਿਬ ਨੇ ਚੋਲਾ ਇਕੱਠਾ ਕਰਕੇ ਆਪਣੇ ਹੱਥ ਵਿੱਚ ਪਕੜ ਲਿਆ। ਜਦੋਂ ਚੱਲਦੇ ਸੀ ਚੋਲਾ ਇਕੱਠਾ ਕਰਕੇ ਆਪਣੇ ਹੱਥ ਵਿੱਚ ਪਕੜ ਲੈਂਦੇ ਸਨ। ਜਾਮਾ ਪੈਰ ਧੋਤੇ ਮਾਨ, ਚੋਲਾ ਲੰਮਾ ਹੀ ਪਹਿਨਦੇ ਸੀ, 101 ਕਲੀਆਂ ਹੁੰਦੀਆਂ ਸਨ ਉਸ ਚੋਲੇ ਦੀਆਂ। ਹਾਥਨ ਸੋ ਸੰਕੋਚ ਚਲੰਤੇ, ਪਰ ਦਾਦਾ ਜੀ ਦੇ ਕੀਤੇ ਬਚਨਾਂ ਦੀ ਪਾਲਣਾ ਕਰਦਿਆਂ ਹੋਇਆ ਜਦੋਂ ਵੀ ਚੱਲਦੇ ਸੀ ਉਸ ਚੋਲੇ ਨੂੰ ਇਕੱਠਿਆਂ ਕਰਕੇ ਇੱਕ ਹੱਥ ਵਿੱਚ ਪਕੜ ਕੇ ਟੁਰਦੇ ਸਨ। ਬਾਪ ਪਿਤਾ ਮੇ ਕੋ ਬਰਤੰਤੇ, ਔਰ ਆਪਣੇ ਦਾਦਾ ਜੀ ਦੇ ਕੀਤੇ ਹੋਏ ਬਚਨ ਦੇ ਅਨੁਸਾਰ ਗੁਰੂ ਹਰ ਰਾਏ ਸਾਹਿਬ ਜੀ ਵਰਤਦੇ ਰਹੇ। ਜਬ ਲੋ ਦੇਹੇ ਤਰਿਓ ਜਗ ਮਾਏ, ਮੱਖਣ ਸ਼ਾਹ ਜਦੋਂ ਗੁਰੂ ਵੀ ਬਣ ਗਏ ਜਦੋਂ ਤੱਕ ਗੁਰਤਾ ਗੱਦੀ ਤੇ ਰਹੇ ਸਰੀਰ ਕਰਕੇ ਰਹੇ ਸਾਰੀ ਜ਼ਿੰਦਗੀ ਉਹਨਾਂ ਨੇ ਆਪਣੇ ਦਾਦਾ ਜੀ ਦੇ ਬਚਨਾਂ ਦੀ ਪਾਲਣਾ ਕੀਤੀ। ਚਲਤ ਬਸਤਰ ਕਰ ਛੋਰੇ ਉਨਾਏ, ਜਦੋਂ ਵੀ ਚੱਲਦੇ ਸਨ ਚੋਲਾ ਇਕੱਠਾ ਕਰਕੇ ਖੱਬੇ ਹੱਥ ਚ ਪਕੜ ਲੈਣਾ ਫਿਰ ਟੁਰਨਾ। ਏਦਾਂ ਗੁਰੂ ਹਰਗੋਬਿੰਦ ਸਾਹਿਬ ਦੇ ਬਚਨ ਉਹਨਾਂ ਨੇ ਆਪਣੇ ਅਖੀਰਲੇ ਸਵਾਸਾਂ ਤੱਕ ਪਾਲੇ। ਇਸ ਪ੍ਰਕਾਰ ਨਿਤ ਰਹਿ ਅਨੁਸਾਰਾ, ਇਹੋ ਜਿਹੇ ਸਤਿਗੁਰੂ ਜੀ ਸਨ ਗੁਰੂ ਹਰ ਰਾਏ ਸਾਹਿਬ ਜੋ ਆਪਣੇ ਸਤਿਗੁਰਾਂ ਦੇ ਅਧੀਨ ਹੋ ਕੇ ਉਹਨਾਂ ਦੇ ਅਨੁਸਾਰ ਹੀ ਹੋ ਕੇ ਰਹਿੰਦੇ ਸਨ। ਨਿਰਭਾਇਓ ਗੁਰ ਤਾਕੋ ਭਾਰਾ, ਗੁਰਗੱਦੀ ਦੀ ਜ਼ਿੰਮੇਵਾਰੀ ਉਹ ਗੁਰੂ ਹਰ ਰਾਏ ਸਾਹਿਬ ਜੀ ਨੇ ਪੂਰਨ ਤੌਰ ਤੇ ਨਿਭਾਈ ਹੈ। ਸ਼੍ਰੀ ਹਰ ਕ੍ਰਿਸ਼ਨ ਟਿਕੇ ਪਸ਼ਚਾਤੀ, ਮੱਖਣ ਸ਼ਾਹ ਉਹਨਾਂ ਤੋਂ ਬਾਅਦ ਉਹਨਾਂ ਦੇ ਛੋਟੇ ਸਪੁੱਤਰ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਗੁਰਤਾ ਗੱਦੀ ਤੇ ਬੈਠੇ। ਤਿਨ ਕੀ ਪਾਈ ਲਖੋ ਸੋ ਬਾਤੀ, ਉਹਨਾਂ ਦੇ ਬਾਰੇ ਵੀ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ। ਸ਼੍ਰੀ ਗੁਰੂ ਹਰਗੋਬਿੰਦ ਤੇ ਪਾਛੇ, ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਬਾਅਦ ਜਿਹੜੀ ਗੁਰਿਆਈ ਹੈ ਪਹੁੰਚੀ ਗੁਰਤਾ ਇਨ ਘਰ ਆਛੇ, ਗੁਰਿਆਈ ਇਹਨਾਂ ਦੇ ਘਰ ਆਈ, ਯਾਨੀ ਕਿ ਬਾਬਾ ਗੁਰਦਿੱਤਾ ਜੀ ਦੇ ਘਰ ਹੀ ਆਈ ਤੇ ਧੀਰਮਲ ਬਾਬਾ ਗੁਰਦਿੱਤਾ ਜੀ ਦਾ ਸਪੁੱਤਰ ਹੈ ਉਹ ਗੁਰਿਆਈ ਇਹਨਾਂ ਦੇ ਘਰ ਹੀ ਚੱਲ ਕੇ ਆਈ ਹੈ, ਇਹਨਾਂ ਦੇ ਪਰਿਵਾਰ ਦੇ ਵਿੱਚ ਰਹੀ ਹੈ। ਰਾਮ ਰਾਏ ਕੋ ਛੇਕ ਸੁਦੀਨਾ, ਰਾਮ ਰਾਏ ਦਾ ਤਾਂ ਤੁਹਾਨੂੰ ਪਤਾ ਹੀ ਹੋਣਾ ਉਹਨੂੰ ਗੁਰੂ ਹਰ ਰਾਏ ਸਾਹਿਬ ਜੀ ਨੇ ਪਹਿਲਾਂ ਹੀ ਛੇਕ ਦਿੱਤਾ ਹੈ। ਨੈ ਗੁਰਤਾ ਕੇ ਲਾਇਕ ਚੀਨਾ, ਰਾਮ ਰਾਏ ਗੁਰਤਾ ਗੱਦੀ ਦੇ ਲਾਇਕ ਨਹੀਂ ਹੈ। ਗੁਰ ਹਰ ਰਾਏ ਸਹਿਤ ਹਰ ਕ੍ਰਿਸ਼ਨ, ਗੁਰੂ ਹਰ ਰਾਏ ਸਾਹਿਬ ਦੇ ਸਹਿਤ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਪਹੁੰਚਤ ਪੇ ਪਰ ਲੋਕ ਆਨੰਦ, ਉਹ ਸੱਚਖੰਡ ਚਲੇ ਚੁੱਕੇ ਹਨ, ਜਾ ਚੁੱਕੇ ਹਨ। ਤੀਰ ਮਲ ਬਿਨ ਅਪਰ ਨ ਕੋਈ, ਇਸ ਕਰਕੇ ਉਹ ਗੁਰਿਆਈ ਹੁਣ ਇਸ ਵਕਤ ਬਾਬੇ ਧੀਰ ਮਲ ਕੋਲ ਆ। ਵੇਖੋ ਸਾਰੀ ਭੂਮਿਕਾ ਬੰਨੀ ਪਹਿਲਾਂ ਇਹਨੇ ਮਸੰਦ ਨੇ ਸਾਰੇ ਪ੍ਰਸੰਗ ਦੱਸੇ ਵੀ ਬਾਬਾ ਗੁਰਦਿੱਤਾ ਜੀ ਕਿੱਡੇ ਮਹਾਨ ਸਨ, ਫਿਰ ਅੱਗੋਂ ਕਿਵੇਂ ਗੁਰੂ ਹਰ ਰਾਏ ਸਾਹਿਬ ਨੂੰ ਗੁਰਿਆਈ ਮਿਲੀ, ਚਲਦੇ ਚਲਾਉਂਦੇ ਕਿਵੇਂ ਫਿਰ ਬਾਬੇ ਧੀਰ ਮਲ ਕੋਲ ਹੁਣ ਆਈ, ਕਿਉਂਕਿ ਗੁਰਿਆਈ ਇਹਨਾਂ ਦੇ ਘਰ ਵਿੱਚ ਸੀ, ਇਹਨਾਂ ਦੇ ਘਰ ਵਿੱਚ ਸੀ। ਰਾਮ ਰਾਏ ਛੇਕਿਆ ਜਾ ਚੁੱਕਾ, ਉਹ ਤਾਂ ਗੁਰੂ ਹੋ ਨਹੀਂ ਸਕਦਾ, ਉਹੀ ਬਚਿਆ ਪਿੱਛੇ ਇਹਨਾਂ ਦੇ ਘਰ ਚ। ਤੇ ਉਹਦੇ ਤੋਂ ਬਾਅਦ ਦੂਜੇ ਸਥਾਨ ਤੇ ਬਾਬਾ ਧੀਰ ਮਲ ਜੀ ਨੇ, ਯਾਨੀ ਕਿ ਹੁਣ ਗੁਰਿਆਈ ਜਿਹੜੀ ਆ ਉਹ ਧੀਰ ਮਲ ਕੋਲ ਹੀ ਹੈ। ਮੱਖਣ ਸ਼ਾਹ ਦੇ ਮਨ ਚ ਇੱਦਾਂ ਵੀ ਸਵਾਲ ਉੱਠ ਰਹੇ ਨੇ ਵੀ ਇੰਨੇ ਲੰਮੇ ਸਮੇਂ ਤੋਂ ਬਾਅਦ ਘੁੰਮ ਘੁਮਾ ਕੇ ਧੀਰ ਮਲ ਕੋਲ ਆ ਰਹੀ ਹੈ ਗੁਰਤਾ, ਵੀ ਜੇ ਇੰਨਾ ਹੀ ਲਾਇਕ ਸੀ ਤੇ ਉਦੋਂ ਗੁਰੂ ਹਰ ਰਾਏ ਸਾਹਿਬ ਨੂੰ ਗੁਰਿਆਈ ਦੇਣ ਦੀ ਬਜਾਏ ਮਹਾਰਾਜ ਜੀ ਨੇ ਧੀਰ ਮਲ ਨੂੰ ਗੁਰਿਆਈ ਕਿਉਂ ਨਾ ਦਿੱਤੀ। ਇਹਦੀਆਂ ਕਰਤੂਤਾਂ ਦਾ ਵੀ ਪਤਾ ਸੀ, ਇਹੋ ਹੀ ਧੀਰ ਮਲ ਹੈ ਜਿਹੜਾ ਚੌਥਾ ਜੰਗ ਹੋਇਆ ਕਰਤਾਰਪੁਰ ਸਾਹਿਬ ਦਾ, ਤੇ ਉਸ ਜੰਗ ਦੇ ਵਿੱਚ ਪੈਂਦੇ ਖਾਂ ਦੀ ਮਦਦ ਕੀਤੀ ਧੀਰ ਮਲ ਨੇ, ਛੇਵੇਂ ਪਾਤਸ਼ਾਹ ਦੇ ਬਰ ਖਿਲਾਫ ਚੱਲਿਆ। ਮੱਖਣ ਸ਼ਾਹ ਵੀ ਗੁਰੂ ਘਰ ਦਾ ਪੁਰਾਣਾ ਸਿੱਖ ਸੀ, ਉਹਨੂੰ ਕਿਹੜਾ ਨਹੀਂ ਸੀ ਪਤਾ। ਖੈਰ ਪਰ ਮਨ 'ਚ ਥੋੜ੍ਹਾ ਜਿਹਾ ਇੱਦਾਂ ਵੀ ਸੰਦੇਹ ਆਉਂਦਾ ਵੀ ਹੋ ਸਕਦਾ ਕਿਤੇ ਇਸੇ ਕੋਲ ਹੀ ਨਾ ਗੁਰਿਆਈ ਹੋਵੇ, ਮਨ 'ਚ ਇੱਦਾਂ ਵੀ ਖਿਆਲ ਆ ਜਾਂਦੇ, ਕਿਉਂਕਿ ਜਦੋਂ
ਅੰਧਕਾਰ ਜਿਹਾ ਹੁੰਦਾ ਨਾ, ਉਦੋਂ ਸਮਝ ਨਹੀਂ ਪੈਂਦੀ ਵੀ ਕੌਣ ਸਾਹਮਣੇ। ਉਦੋਂ ਜਿਹੜਾ ਵੀ ਸਾਹਮਣੇ ਹੋਵੇ ਤੇ ਇਹੀ ਪ੍ਰਤੀਤ ਹੁੰਦਾ ਵੀ ਲੱਗਦਾ ਕੋਈ ਆਪਣਾ ਹੈ ਹਨੇਰੇ ਵਿੱਚ, ਵੀ ਭਾਵੇਂ ਹੋਵੇ ਉਹ ਦੁਸ਼ਮਣ ਹੀ ਦੁਆਖੀ ਹੋਵੇ, ਪਰ ਹਨੇਰੇ ਵਿੱਚ ਤਾਂ ਉਹਨੇ ਆਪਣਾ ਹੀ ਪ੍ਰਤੀਤ ਹੁੰਦਾ, ਪਤਾ ਹੀ ਨਹੀਂ ਲੱਗਦਾ ਵੀ ਕੌਣ। ਤੋ ਧੀਰ ਮੱਲ ਇਸ ਪ੍ਰਕਾਰ ਨਾਲ ਸੋਚ ਰਿਹਾ, ਬਾਬਾ ਭਾਈ ਮੱਖਣ ਸ਼ਾਹ ਇੱਦਾਂ ਸੋਚ ਰਿਹਾ, ਗੁਰਤਾ ਕੀ ਲਾਇਕ ਹੋਏ ਜੋਈ। ਕਹਿਣ ਲੱਗਾ ਮਸੰਦ ਕਿ ਜੀ ਜਿਹੜਾ ਗੁਰਤਾ ਗੱਦੀ ਦੇ ਲਾਇਕ ਹੁੰਦਾ ਹੈ। ਯਾ ਤੇ ਸੁਣੋ ਮੱਖਣ ਸ਼ਾਹ, ਐ ਮੱਖਣ ਸ਼ਾਹ ਸੁਣ, ਇਸ ਵੇਲੇ ਜੇ ਕੋਈ ਗੁਰਤਾ ਦੇ ਲਾਇਕ ਹੈ ਤਾਂ ਉਹ ਕੇਵਲ ਬਾਬਾ ਧੀਰ ਮੱਲ ਹੈ। ਗੁਰੂ ਗ੍ਰੰਥ ਹੈ ਇਨਕੇ ਪਾਸ। ਸਭ ਤੋਂ ਵੱਡੀ ਗੱਲ ਮੱਖਣ ਸ਼ਾਹ ਇਹ ਵੀ ਹੈ ਕਿ ਧੀਰ ਮੱਲ ਕੋਲ ਉਹ ਪਾਵਨ ਸਰੂਪ ਹੈ ਜਿਹੜਾ ਸਭ ਤੋਂ ਪਹਿਲੀ ਵਾਰ ਪੰਜਵੇਂ ਪਾਤਸ਼ਾਹ ਨੇ ਲਿਖਵਾਇਆ ਤੇ ਦਰਬਾਰ ਸਾਹਿਬ ਉਹਦਾ ਪ੍ਰਕਾਸ਼ ਕੀਤਾ। ਯੋਗ ਮਾਨ ਬੇ ਜਾਨੋ ਸੋਏ। ਇਸ ਕਰਕੇ ਤਾਂ ਵੀ ਇਹ ਯੋਗ ਮਾਨਣੀਏ ਨੇ, ਇਹ ਮੰਨਣ ਯੋਗ ਨੇ, ਕਿਉਂਕਿ ਇਹਨਾਂ ਕੋਲ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਹੈ। ਸਕਲ ਕਾਮਨਾ ਪੂਰਨ ਹੋਏ, ਸਾਰੀਆਂ ਕਾਮਨਾਵਾਂ ਨੂੰ ਪੂਰਿਆਂ ਕਰਨ ਵਾਲੇ ਨੇ। ਸਰਬ ਪ੍ਰਕਾਰ ਸਬਨ ਤੇ ਜਾਨ, ਸਰਬ ਪ੍ਰਕਾਰ ਨਾਲ ਸਭ ਤੋਂ ਸ੍ਰੇਸ਼ਟ ਇਸ ਵੇਲੇ ਧੀਰ ਮੱਲ ਹੈ, ਉਹਦੇ ਤੋਂ ਸਿਵਾਏ ਕੋਈ ਦੂਜਾ ਨਹੀਂ। ਧੀਰ ਮੱਲ ਹੈ ਗੁਰੂ ਮਹਾਨ, ਧੀਰ ਮੱਲ ਹੀ ਇਸ ਵੇਲੇ ਮਹਾਨ ਗੁਰੂ ਹੈ। ਪਿਤਾ ਪਿਤਾ ਮੈਂ ਗੁਰ ਜਿਸ ਕੇਰੇ, ਪਿਤਾ ਪਿਤਾਮਾ ਸਾਰੇ ਗੁਰੂ ਸਨ। ਭਰਾਤ ਭਤੀਜਾ ਗੁਰੂ ਵਡੇਰੇ, ਭਰਾ ਇਹਦਾ ਭਤੀਜਾ ਵੀ ਗੁਰੂ ਹੈ। ਤਿੰਨ ਸਭ ਇਨ ਤੇ ਇਹ ਪਸਚਾਤੀ, ਹੁਣ ਉਹ ਸਾਰੇ ਪਰਿਵਾਰ ਚੋਂ ਇਹੀ ਇਕੱਲੇ ਬਚੇ ਨੇ, ਬਾਬੇ ਗੁਰਦਿੱਤੇ ਦੇ ਪਰਿਵਾਰ ਚੋਂ ਇਹੀ ਇਕੱਲੇ ਬਚੇ ਹੋਏ ਨੇ, ਇਸ ਕਰਕੇ ਇਹੀ ਗੁਰੂ ਨੇ। ਭਇਓ ਗੁਰੂ ਜਗ ਮੈਂ ਬਖਿਆਤੀ, ਇਹ ਸਾਰੇ ਜਗਤ ਵਿੱਚ ਗੁਰੂ ਨੇ ਔਰ ਇਹ ਗੱਲ ਸਾਰੇ ਪਾਸੇ ਪ੍ਰਗਟ ਹੋ ਚੁੱਕੀ ਹੈ। ਇਸ ਪੀੜੀ ਤੇ ਪੂਰਬ ਜੇਈ, ਇਹਨਾਂ ਦੀ ਪੀੜੀ ਤੋਂ ਪਹਿਲਾਂ ਜਿੰਨੀਆਂ ਪੀੜੀਆਂ ਨੇ ਸੋਢੀਆਂ ਦੀਆਂ, ਤਿੰਨੇ ਨਾ ਪਹੁੰਚਤ ਗੁਰਤਾ ਕੇ, ਉਹਨਾਂ ਕੋਲ ਗੁਰਿਆਈ ਨਹੀਂ ਹੋ ਸਕਦੀ। ਯਾ ਤੇ ਕਰ ਵਿਚਾਰ ਔਰ ਮਾ, ਇਸ ਕਰਕੇ ਭਾਈ ਮੱਖਣ ਸ਼ਾਹ ਆਪਣੇ ਹਿਰਦੇ ਚ ਵਿਚਾਰ ਕਰ, ਗੁਰ ਲਖ ਪੂਜੈ ਇਨੇ ਉਮਾਏ। ਬਾਬੇ ਧੀਰ ਮੱਲ ਨੂੰ ਗੁਰੂ ਜਾਣ ਕੇ ਪੂਜੋ। ਮਸੰਦ ਪੂਰਾ ਪ੍ਰੇਰ ਰਿਹਾ ਭਾਈ ਮੱਖਣ ਸ਼ਾਹ ਨੂੰ ਵੀ ਇੱਥੇ ਹੀ ਆਉਣਾ, ਸਭ ਕੁਝ ਇੱਥੇ ਹੀ ਗੁਰਤਾ ਹੈ। ਵੇਖੋ ਜੀ ਇਹਨਾਂ ਕੋਲ ਸਰੂਪ ਵੀ ਆ ਗੁਰੂ ਗ੍ਰੰਥ ਸਾਹਿਬ ਜੀ ਦਾ, ਪਰ ਕਿਹੜੇ ਕਰਤੂਤ ਨਾਲ ਰੱਖਿਆ ਸੀ ਧੀਰ ਮੱਲ ਨੇ ਉਹ ਨਹੀਂ ਦੱਸਿਆ ਮਸੰਦ ਨੇ, ਕਿ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਸਰੂਪ ਮੰਗਾਇਆ ਵੀ ਜਦੋਂ ਬਾਬਾ ਗੁਰਦਿੱਤਾ ਜੀ ਨੇ ਚਲਾਣੇ ਕੀਤਾ ਨਾ, ਤੇ ਉਦੋਂ ਮਹਾਰਾਜ ਜੀ ਨੇ ਸੁਨੇਹਾ ਭੇਜਿਆ ਸੀ ਧੀਰ ਮੱਲ ਤੇਰੇ ਪਿਤਾ ਜੀ ਸੱਚਖੰਡ ਚਲੇ ਗਏ, ਉਹਨਾਂ ਦੇ ਨਿਮਿੱਤ ਪਾਠ ਕਰਾਉਣਾ ਤੇ ਸਰੂਪ ਜਿਹੜਾ ਇੱਥੇ ਭੇਜ। ਇਹਨੇ ਇਨਕਾਰ ਕਰ ਦਿੱਤਾ ਸੀ, ਕਹਿੰਦਾ ਮੈਂ ਨਹੀਂ ਭੇਜਦਾ। ਤੇ ਪਾਤਸ਼ਾਹ ਜੀ ਨੇ ਵੀ ਫਿਰ ਉਸ ਵਕਤ ਕਿਹਾ ਸੀ ਵੀ ਚਲੋ ਰਹਿਣ ਦਿਓ, ਉਹ ਇਸੇ ਕਰਕੇ ਸਰੂਪ ਇਹਦੇ ਕੋਲ ਸੀ, ਇਹਦੀ ਨੀਯਤ ਮਾੜੀ ਸੀ, ਉਹ ਗੱਲਾਂ ਤਾਂ ਨਹੀਂ ਦੱਸਦਾ ਮਸੰਦ, ਪਰ ਕਹਿੰਦਾ ਜੀ ਇਹਨਾਂ ਦੀ ਵਡਿਆਈ ਇਸੇ ਵਿੱਚ ਹੈ। ਤੋ ਜਿਸ ਪ੍ਰਕਾਰ ਨਾਲ ਭਾਈ ਮੱਖਣ ਸ਼ਾਹ ਨਗਰ ਦੇ ਵਿੱਚ ਆ ਕਰਕੇ ਦਰਸ਼ਨ ਕਰ ਰਿਹਾ ਸਾਰਿਆਂ ਦੇ, ਨਿਰਣਾ ਨਹੀਂ ਹੋ ਪਾ ਰਿਹਾ ਗੁਰੂ ਕੌਣ ਹੈ, ਪਰ ਸਤਿਗੁਰੂ ਜੀ ਨੇ ਆਪ ਦਇਆ ਕਰਨੀ, ਆਪਣਾ ਆਪ ਪ੍ਰਗਟ ਕਰਕੇ ਆਪਣੇ ਸਿੱਖ ਨੂੰ ਦਰਸ਼ਨ ਦੇਣੇ ਹੈ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ 'ਚ ਸਰਵਣ ਕਰੋਗੇ। ਸਤਿਗੁਰਾਂ ਦਾ ਪਵਿੱਤਰ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਬਹਾਦਰ ਸਿਮਰਿਆ, ਤੇਗ ਬਹਾਦਰ ਸਿਮਰਿਆ, ਤੇਗ ਬਹਾਦਰ ਸਿਮਰਿਆ, ਕਰ ਨਾਨ ਦਿਆਵੈ ਧਾਏ, ਕਰ ਨਾਨ ਦਿਆਵੈ ਧਾਏ, ਸਭ ਥਾਈਂ ਹੋਏ ਸਹਾਏ, ਸਭ ਥਾਈਂ ਹੋਏ ਸਹਾਏ।